ਉਰੇ ਫਸੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਬਲੈਕਮੇਲਿੰਗ ਦੇ ਡਰਾਉਣ ਧਮਕਾਉਣ ਦੇ ਇਲਜ਼ਾਮ ਜਿਹੜੇ ਕਈ ਵਿਧਾਇਕਾਂ ਤੇ ਮੰਤਰੀਆਂ ਦੇ ਉੱਪਰ ਲੱਗੇ ਨੇ ਲਾਇਕ ਹੀ ਨੇ ਗੱਲਬਾਤ ਇਸ ਤੇ ਕਰਨੀ ਹੈ ਔਰ ਸ਼ਿਕਾਇਤਾਂ ਜਿਹੜੀਆਂ ਪੁੱਜ ਗਈਆਂ ਨੇ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਕਿਹੜੇ ਉਹ ਵਿਧਾਇਕ ਤੇ ਮੰਤਰੀ ਨੇ ਗੱਲਬਾਤ ਜਿਹੜੀ ਆ ਇਸ ਤੇ ਕਰਾਂਗੇ ਔਰ ਸਰਕਾਰ ਦੇ ਖਿਲਾਫ ਜਿਹੜੀ ਇਹ ਵੱਡੀ ਉੱਠੀ ਬਗਾਵਤ ਹੈ ਕੀ ਰੂਪ ਧਾਰਨ ਕਰੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਅਤੇ ਭਗਵੰਤ ਮਾਨ ਦੇ ਲਈ ਕੀ ਕੁਝ ਰਾਹ ਆਸਾਨ ਰਹੇਗਾ ਜਾਂ ਨਹੀਂ ਇਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਹੈ। ਉਧਰ ਭਗਵੰਤ ਮਾਨ ਵਰਸਜ ਰਾਜਪਾਲ ਜਿਹੜਾ ਹੋਇਆ ਹੋਇਆ ਉਹਦਾ ਹੁਣ ਕੀ ਬਣ ਰਿਹਾ ਗੱਲਬਾਤ ਉਸ ਤੇ ਵੀ ਕਰਨੀ ਹੈ। ਉਧਰ ਭਗਵੰਤ ਮਾਨ ਵਰਸਜ SGPC ਜਿਹੜਾ ਹੋਇਆ ਗੱਲਬਾਤ ਉਸ ਤੇ ਵੀ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਥਾਪੀ ਦੇ ਕੇ ਨਰਿੰਦਰ ਮੋਦੀ ਜਿਹੜੇ ਝਟਕੇ ਤੇ ਝਟਕੇ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਗੱਲਬਾਤ ਉਸ ਤੇ ਕਰਾਂਗੇ। ਹੁਣ ਨਵਾਂ ਝਟਕਾ ਕੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪ੍ਰਤਾਪ ਸਿੰਘ ਬਾਜਵਾ ਹਾਈਕਮਾਨ ਦੇ ਨਾਲ ਮੁਲਾਕਾਤ ਕਰ ਸਕਦੇ ਆ ਔਰ ਵੱਡਾ ਝਟਕਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਲੱਗਿਆ ਕਿਵੇਂ ਕੀ ਇਹ ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਕਰਾਂਗੇ। ਬਿਨਾਂ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਣਖੀ ਸਾਹਿਬ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਉੱਪਰ ਗੰਭੀਰ ਜਿਹੜੇ ਇਲਜ਼ਾਮ ਲੱਗ ਗਏ ਆ, ਆਪਾਂ ਦੇਖਦੇ ਰਹੇ ਹਾਂ ਕਿ ਪਹਿਲਾਂ ਵੀ ਜਦੋਂ ਸਰਕਾਰ ਬਣੀ ਆ ਆਉਣ ਸਾਰ ਹੀ ਜਿਹੜੀਆਂ ਰੇਡਾਂ ਸ਼ੁਰੂ ਹੋ ਗਈਆਂ, ਚੈਕਿੰਗਾਂ ਸ਼ੁਰੂ ਹੋ ਗਈਆਂ, ਵਿਧਾਇਕ ਤੇ ਮੰਤਰੀ ਜਾ ਕੇ ਇੱਧਰ ਭੱਜ ਉੱਧਰ ਭੱਜ, ਉੱਠ ਹੋਏ ਤੂੰ ਚੱਲ ਹੋਏ ਡਾਕਟਰਾਂ, ਤੂੰ ਚੱਲ ਹੋਏ ਮਾਸਟਰਾਂ, ਤੂੰ ਨੀ ਆਇਆ ਹੋਏ ਫਲਾਨਿਆਂ, ਤੂੰ ਨੀ ਆਇਆ ਹੋਏ, ਏਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੜੀਆਂ ਕਰਦੇ ਨਜ਼ਰ ਆਏ। ਪਰ ਲੋਕ ਕਹਿੰਦੇ ਕਿ ਭਾਈ ਤੁਸੀਂ ਸਰਕਾਰ ਆਈ ਨੂੰ ਤੁਹਾਡੀ ਨੂੰ ਹਲੇ ਮਹੀਨਾ ਹੋਇਆ ਤੇ ਕੀ ਦਿੱਤਾ ਕੀ ਆ ਤੁਸੀਂ ਸਿਸਟਮ ਸੁਧਾਰਨ ਵਾਸਤੇ ਇਹਨਾਂ ਮੁਲਾਜ਼ਮਾਂ ਨੂੰ, ਫਿਰ ਤਾਂ ਤੁਸੀਂ ਕੋਈ ਗੱਲ ਕਰੋ। ਹੁਣ ਉਹ ਖਰਾਬ ਸਿਸਟਮ ਦੇ ਉੱਪਰ ਆ ਕੇ ਤੁਸੀਂ ਰੇਡਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸੁਧਾਰ ਲਈ ਹਲੇ ਕੁਝ ਕੀਤਾ ਨਹੀਂ ਤੇ ਉਦੋਂ ਬੜੇ ਨਿਸ਼ਾਨੇ ਤੇ ਲਏ ਸੀ ਔਰ ਵਿਰੋਧ ਤਾਂ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਸੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਸਰਕਾਰ ਦੀ, ਉਦੋਂ ਥੋੜੇ ਜਿਹਾ ਥੰਮ ਗਏ ਸੀ। ਹੁਣ ਕਹਿੰਦੇ ਪਤਾ ਲੱਗਿਆ ਕਿ ਚੈਕਿੰਗ ਦੇ ਨਾਮ ਤੇ ਵਿਧਾਇਕ ਤੇ ਮੰਤਰੀ ਬਲੈਕਮੇਲਿੰਗ ਸ਼ੁਰੂ ਕਰ ਚੁੱਕੇ ਆ। ਹੁਣ ਕਹਿੰਦੇ ਕਿ ਪੰਜਾਬ ਦੇ ਅਫਸਰਾਂ ਨੇ ਇੱਕ ਚਿੱਠੀ ਲੈ ਕੇ ਸ਼ਿਕਾਇਤ ਕਰ ਦਿੱਤੀ ਹੈ ਔਰ ਕਈ ਵਿਧਾਇਕ ਤੇ ਮੰਤਰੀਆਂ ਦੇ ਉੱਪਰ ਤਾਂ ਪਰਚਾ ਦਰਜ ਕਰਨ ਦੀ ਜਿਹੜੀ ਮੰਗ ਕਰ ਦਿੱਤੀ ਇਹਨਾਂ ਅਫਸਰਾਂ ਨੇ। ਕੀ ਪੂਰਾ ਮਾਮਲਾ, ਕਿਹੜੇ ਅਫਸਰ? ਸੁਖਵਿੰਦਰ ਜੀ, ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਇਹਨਾਂ ਵੱਲੋਂ ਇਹ ਵਾਅਦਾ ਕੀਤਾ ਜਾ ਰਿਹਾ ਜਾਂ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਕਿ ਅਸੀਂ ਤੁਹਾਨੂੰ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਉਹ ਦੇਣਾ ਅਤੇ ਜਿਹੜਾ ਪ੍ਰਸ਼ਾਸਨ ਹੈ ਜਾਂ ਅਫਸਰਸ਼ਾਹੀ ਜਿਹੜੀ ਆ ਲੋਕਾਂ ਨੂੰ ਜਵਾਬਦੇਹ ਹੋਵੇਗੀ। ਇਸੇ ਕਰਕੇ ਇਹਨਾਂ ਦੇ ਚੁਣੇ ਹੋਏ ਵਿਧਾਇਕਾਂ ਵੱਲੋਂ ਬੀਤੇ ਦੌਰ 'ਚ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਸਰਕਾਰੀ ਵਿਭਾਗਾਂ, ਸਕੂਲਾਂ, ਦਫ਼ਤਰਾਂ, ਤਹਿਸੀਲਦਾਰਾਂ ਦੇ ਵਿੱਚ ਚੈਕਿੰਗ ਜਿਹੜੀ ਹੈ, ਛਾਪੇਮਾਰੀ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਜਿਸ ਆਧਾਰ 'ਤੇ ਉਹ ਆਪਣੇ ਆਪ ਨੂੰ ਇਹ ਦੱਸਣ ਦਾ ਯਤਨ ਕਰਦੇ ਆ ਕਿ ਹਾਂ ਭਾਈ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਵਾਸਤੇ ਸਾਡੇ ਵੱਲੋਂ ਇਹ ਯਤਨ ਜਿਹੜੇ ਆ ਕੀਤੇ ਜਾ ਰਹੇ ਆ। ਪਰ ਸੁਖਵਿੰਦਰ ਜੀ, ਇਸ ਮਸਲੇ ਦੀ ਜਿਹੜਾ ਹੁਣ ਇਹ ਧੂਲ ਫੜਦਾ ਜਾ ਰਿਹਾ ਕਿਉਂਕਿ ਜੇਕਰ ਵੇਖਿਆ ਜਾਵੇ ਜਾਂ ਜਿਸ ਤਰੀਕੇ ਨਾਲ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਾਂ ਜਿਸ ਤਰੀਕੇ ਨਾਲ ਜਿਹਨਾਂ ਲੋਕਾਂ 'ਤੇ ਇਹ ਛਾਪੇ ਮਾਰਦੇ ਨੇ ਖਾਸ ਤੌਰ 'ਤੇ ਤਹਿਸੀਲਦਾਰਾਂ ਜਾਂ ਪਟਵਾਰਖਾਨਿਆਂ ਦੇ ਵਿੱਚ, ਉਹਨਾਂ ਦਾ ਇਹ ਵਰਸ਼ਨ ਸਾਹਮਣੇ ਆਇਆ ਕਿ ਵਿਧਾਇਕ ਕੋਲ ਕੋਈ ਵੀ ਸ਼ਕਤੀ ਅਜਿਹੀ ਨਹੀਂ ਹੈਗੀ ਜਾਂ ਸੰਵਿਧਾਨਕ ਪਾਵਰ ਨਹੀਂ ਹੈਗੀ ਕਿ ਉਹ ਤਹਿਸੀਲਾਂ ਜਾਂ ਪਟਵਾਰੀਆਂ ਜਾਂ ਹੋਰ ਵਿਅਕਤੀਆਂ ਸਕੂਲਾਂ ਜਾ ਕੇ ਸਰਕਾਰੀ ਅਦਾਰਿਆਂ ਨੂੰ ਚੈੱਕ ਕਰ ਸਕੇ। ਹਾਂ, ਜੇਕਰ ਉਸਨੇ ਚੈੱਕ ਕਰਨਾ ਤਾਂ ਉਸਨੂੰ ਇਸ ਦੇ ਨਾਲ ਸੰਬੰਧਿਤ DC ਜ਼ਿਲ੍ਹੇ ਦਾ ਔਰ SDM ਜੋ ਬਲਾਕ ਦਾ ਹੋਏਗਾ ਉਸਨੂੰ ਨਾਲ ਲੈਣਾ ਪਏਗਾ ਤਾਂ ਫਿਰ ਉਹ ਆਣ ਕੇ ਸੌਵਰੀ ਚੈੱਕ ਕਰ ਸਕਦਾ। ਹਾਂ, ਚੈਕਿੰਗ ਦਾ ਜਿਹੜਾ ਅਧਿਕਾਰ ਆ ਉਹ ਮੰਤਰੀਆਂ ਨੂੰ ਹੈਗਾ, ਇਸ ਗੱਲ ਤੋਂ ਕੋਈ ਡਿਨਾਈ ਨਹੀਂ ਹੈਗਾ। ਹੁਣ ਇਸ ਮੁੱਦੇ ਨੂੰ ਲੈ ਕੇ ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਮੁਸ਼ਕਲਾਂ ਵਿੱਚ ਫਸਦੇ ਨਜ਼ਰ ਆਏ ਨੇ, ਚਾਹੇ ਉਹ ਅਨਮੋਲ ਗਗਨ ਮਾਨ ਦਾ ਮੁੱਦਾ ਹੋਵੇ, ਚਾਹੇ ਕਈ ਹੋਰ ਇਹੋ ਜਿਹੇ ਨੇਤਾ ਵਿਧਾਇਕ ਹੋਣ, ਉਹਨਾਂ ਦੇ ਸੰਬੰਧਾਂ ਦੇ ਵਿੱਚ ਤਕਰਾਰ ਜਿਹੜਾ ਉਹ ਵੇਖਣ ਨੂੰ ਮਿਲਿਆ ਅਫਸਰਸ਼ਾਹੀ, ਤਹਿਸੀਲਦਾਰਾਂ ਅਤੇ ਵਿਧਾਇਕਾਂ ਦੇ ਵਿਚਕਾਰ। ਹੁਣ ਤਾਜ਼ਾ ਮੁੱਦਾ ਜਿਹੜਾ ਆ ਰੂਪਨਗਰ ਦਾ ਆ, ਜਿੱਥੇ ਦਿਨੇਸ਼ ਚੱਡਾ ਨਾਮ ਦਾ ਜਿਹੜਾ ਵਿਧਾਇਕ ਆ ਉਹ ਪਟਵਾਰੀਆਂ ਦੇ ਪਟਵਾਰਖੰਡ ਜਾਂਦਾ, ਤਹਿਸੀਲ 'ਚ ਜਾਂਦਾ ਜਿੱਥੇ ਰਜਿਸਟਰੀਆਂ ਹੋਣ ਡੀਆਂ ਹੁੰਦੀਆਂ, ਉੱਥੇ ਜਾ ਕੇ ਉਹ ਤਹਿਸੀਲਦਾਰ ਦੀ ਕੁਰਸੀ 'ਤੇ ਬਹਿ ਜਾਂਦਾ। ਤਹਿਸੀਲਦਾਰ ਦੀ ਕੁਰਸੀ 'ਤੇ ਬੈਠਣ ਤੋਂ ਬਾਅਦ ਨਾਲ ਉਹਦੇ ਨਾਲ ਮੀਡੀਆ ਕਰਮੀ ਨੇ, ਤਾਂ ਮੀਡੀਆ ਦੀ ਮੌਜੂਦਗੀ ਦੇ ਵਿੱਚ ਉਹ ਜਿਹੜੇ ਉੱਥੇ ਪਟਵਾਰੀ ਨੇ, ਕਾਨਵੋ ਨੇ ਜਾਂ ਨਾਇਬ ਤਹਿਸੀਲਦਾਰ ਨੇ,
ਉਹਨਾਂ ਨਾਲ ਬਦਜ਼ਬਾਨੀ ਹੁੰਦੀ ਆ ਕਥਾ ਤੌਰ ਤੇ ਜਿਸ ਤਰੀਕੇ ਨਾਲ ਲੋਕ ਕਹਿੰਦੇ ਆ ਜਾਂ ਉਹ ਸੰਬੰਧਿਤ ਧਿਰਾਂ ਕਹਿ ਰਹੀਆਂ। ਇਸ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੁੰਦੀ ਆ, ਵਿਧਾਇਕ ਸਾਹਿਬ ਵੱਲੋਂ ਕੁਰਸੀ ਦੇ ਨਸ਼ਾ ਸੱਤਾ ਦੇ ਨਸ਼ੇ 'ਚ ਬਦਲੀਆਂ ਕਰਾਉਣ ਦਾ, ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਜਿਸ ਦੇ ਵਿਰੋਧ ਦੇ ਵਿੱਚ ਫਿਰ ਉਹ ਲੋਕ ਸਾਫ਼ ਚਿੱਠੀ ਲਿਖ ਦਿੰਦੇ ਆ ਮੁੱਖ ਮੰਤਰੀ ਸਾਹਿਬ ਨੂੰ, ਔਰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿੰਦੇ ਆ ਕਿ 15 ਦਿਨਾਂ ਦੇ ਵਿੱਚ ਵਿੱਚ ਇਹ ਕੰਮ ਜਿਹੜਾ ਇਹ ਹੱਲ ਹੋਵੇ, ਇਹਨਾਂ ਦੇ ਪਰਚਾ ਜਿਹੜਾ ਦਰਜ ਹੋਵੇ, ਨਹੀਂ ਤਾਂ ਇਸਦੇ ਸਿੱਟੇ ਜਿਹੜੇ ਆ ਉਹ ਪੈਰੇ ਹੋਣਗੇ। ਉਸ ਤੋਂ ਵੀ ਅੱਗੇ ਚਲੇ ਜਾਓ, ਹੁਣ ਇੱਕ ਹੋਰ ਤਹਿਸੀਲਦਾਰਾਂ ਤੇ ਨੈਬ ਤਹਿਸੀਲਦਾਰਾਂ ਨੇ ਵੀ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਜਿਹੜਾ ਦੇ ਦਿੱਤਾ, ਕਹਿੰਦੇ ਕਿ ਜਿਹੜੀਆਂ ਅਸੀਂ ਰਜਿਸਟਰੀਆਂ ਕਰਦੇ ਹਾਂ ਉਹਨਾਂ ਰਜਿਸਟਰੀਆਂ ਦੇ ਸੰਬੰਧੀ ਵਿਧਾਇਕ ਆਣ ਕੇ ਤੰਗ ਕਰਦੇ ਆਪਾਂ ਬਿਨਾਂ NOC ਤੋਂ ਰਜਿਸਟਰੀਆਂ ਕਰਨ ਵਾਸਤੇ ਦਬਾਅ ਪਾਉਂਦੇ ਆ, ਤੇ ਜੇਕਰ ਅਸੀਂ ਉਸ ਤਰ੍ਹਾਂ ਨਹੀਂ ਕਰਦੇ ਤਾਂ ਫਿਰ ਸਾਨੂੰ ਸਿੱਟੇ ਭੁਗਤ ਦੇ ਜਿਹੜੇ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ। ਤੇ ਕਹਿੰਦੇ ਕਿ ਇਸ ਕਰਕੇ ਹੁਣ ਜਿਹੜੀ ਰੈਵਨਿਊ ਆਫਿਸਰ ਰੈਵਨਿਊ ਯੂਨੀਅਨ ਆ ਐਸੋਸੀਏਸ਼ਨ ਆ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਠੀਕ 15 ਦਿਨਾਂ ਤੋਂ ਬਾਅਦ ਅਸੀਂ ਰਜਿਸਟਰੀਆਂ ਜਿਹੜੀਆਂ ਨਹੀਂ ਕਰਦੀਆਂ, ਸਰਕਾਰ ਕਿਸੇ ਹੋਰ ਸੰਬੰਧਿਤ ਏਜੰਸੀ ਤੋਂ ਇਹ ਕੰਮ ਜਿਹੜਾ ਕਰਵਾ ਸਕਦੀ ਹੈ। ਉਹਨਾਂ ਨੇ ਇਹ ਗੱਲ ਕਹੀ ਕਿਉਂਕਿ ਜਿਸ ਤਰੀਕੇ ਨਾਲ ਕਹਿੰਦੇ ਵਿਧਾਇਕ ਸਾਨੂੰ ਤੰਗ ਕਰਦੇ ਆ, ਜਿਸ ਤਰੀਕੇ ਨਾਲ ਆਣ ਕੇ ਦਬਾਅ ਪਾਉਂਦੇ ਆ, ਅਸੀਂ ਆਪਣੀ ਡਿਊਟੀ ਪੂਰਨ ਤੌਰ ਤੇ ਨਿਭਾਉਂਦੇ ਆ ਪਰ ਇਹ ਸਾਨੂੰ ਡਿਊਟੀ ਨਿਭਾਉਣ ਦੇ ਵਿੱਚ ਇਹ ਪੂਰਨ ਤੌਰ ਤੇ ਅੜਕਾ ਪਾਉਂਦੇ ਆ। ਨਾਲ ਹੀ ਨਾਲ ਇਹ ਨੈਬ ਤਹਿਸੀਲਦਾਰਾਂ ਨੇ ਜਿਨ੍ਹਾਂ ਨੇ ਇਹ ਥ੍ਰੈਟ ਕੀਤਾ ਕਿ 15 ਦਿਨਾਂ ਤੋਂ ਬਾਅਦ ਕੰਮਕਾਜ ਅਸੀਂ ਬੰਦ ਕਰ ਦੇਵਾਂਗੇ, ਅਲਟੀਮੇਟਮ ਦਿੱਤਾ, ਨਾਲ ਹੀ ਨਾਲ ਉਹਨਾਂ ਨੇ ਆਪਣੀ ਉਸ ਟੀਸ ਨੂੰ ਵੀ ਪੇਸ਼ ਕੀਤਾ ਜਿਹੜੀ ਟੀਸ ਬੀਤੇ ਦਿਨਾਂ 'ਚ 48 ਦੇ ਕਰੀਬ ਨੈਬ ਭ੍ਰਿਸ਼ਟ ਕਰਪਟ ਨੈਬ ਤਹਿਸੀਲਦਾਰਾਂ ਦੇ ਸੰਬੰਧਾਂ ਦੇ ਵਿੱਚ ਵਿਜੀਲੈਂਸ ਨੇ ਜਾਰੀ ਕੀਤੀ ਸੀ ਕਿ ਜਿਹਨਾਂ ਵਿੱਚ ਦੱਸਿਆ ਗਿਆ ਸੀ ਕਿ ਇਹ 48 ਦੇ ਕਰੀਬ ਉਹ ਨੈਬ ਤਹਿਸੀਲਦਾਰ ਜਾਂ ਤਹਿਸੀਲਦਾਰ ਨਹੀਂ ਜਿਹੜੇ ਆਪੋ ਆਪਣੇ ਕਰਿੰਦਿਆਂ ਦੇ ਰਾਹੀਂ ਰਿਸ਼ਵਤ ਲੈਂਦੇ ਆ। ਪਰ ਜਦੋਂ ਉਹ ਲਿਸਟ ਜਾਰੀ ਹੋਈ ਉਦੋਂ ਵੀ ਬੜਾ ਰੌਲਾ ਪਿਆ ਤੇ ਜਿਹੜੀ ਐਸੋਸੀਏਸ਼ਨ ਸੀ ਇਹ 2 ਦਿਨ ਦੀ ਹੜਤਾਲ ਤੇ ਚਲੀ ਗਈ। ਫਿਰ ਜਦੋਂ ਸਰਕਾਰ ਨੂੰ ਪਹੁੰਚ ਲਈ ਵੀ ਸਰਕਾਰ ਨੇ ਫਿਰ ਇਹ ਗੱਲ ਕਹੀ ਕਿ ਹਾਂਜੀ ਕੋਈ ਵੀ ਅਸੀਂ ਕਾਰਵਾਈ ਨਹੀਂ ਕਰਾਂਗੇ, ਕਾਰਵਾਈ ਕਰਾਂਗੇ DC ਦੀ ਸਿਫਾਰਿਸ਼ ਤੇ ਕਰਾਂਗੇ, ਕਿਉਂਕਿ ਉਦੋਂ ਵੀ ਐਸੋਸੀਏਸ਼ਨ ਦੇ ਬੰਦਿਆਂ ਨੇ ਨੈਬ ਤਹਿਸੀਲਦਾਰਾਂ ਤਹਿਸੀਲਦਾਰਾਂ ਨੇ ਇਲਜ਼ਾਮ ਲਾਇਆ ਕਿ ਜਿਹੜੇ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਅਸੀਂ ਕਰਪਟ ਜਾਂ ਪੈਸਾ ਲੈਂਦੇ ਹਾਂ, ਇਹ ਪੈਸਾ ਅਸੀਂ ਇਕੱਲੇ ਨਹੀਂ ਲੈ ਰਹੇ, ਇਸ ਤਰੀਕੇ ਦੀਆਂ ਗੱਲਾਂ ਕਿ ਇਹ ਬੜਾ ਉੱਪਰ ਤੱਕ ਜਾਂਦਾ ਤੇ ਇਹਦੇ ਵਿੱਚ ਬੜੇ ਬੜੇ ਲੋਕ ਇਨਵਾਲਵ ਨੇ, ਫਿਰ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਹੈ। ਤੇ ਫਿਰ ਸਰਕਾਰ ਨੇ ਯੂ ਟਰਨ ਲੈਂਦੇ ਆ ਇਹ ਗੱਲ ਨੂੰ ਵਿਚਕਾਰਲੇ ਰਸਤੇ 'ਚ ਪਾਤਾ ਕਿ ਕਿਹਾ DC ਜਿਹੜੀ ਉਹ ਗੱਲ ਕਰਦੇ ਕਿਉਂਕਿ ਉਸ ਹੜਤਾਲ ਦੇ ਵਿੱਚ DC ਨੂੰ ਵੀ ਇਹਨਾਂ ਰੈਵਨਿਊ ਐਸੋਸੀਏਸ਼ਨ ਅਧਿਕਾਰੀਆਂ ਨੇ ਸ਼ਿਕਾਰ ਜਿਹੜਾ ਬਣਾਇਆ ਸੀ, ਆਪਣੇ ਇੰਡੀਕੇਟ ਕੀਤਾ ਸੀ ਕਿ ਇੱਥੋਂ ਤੱਕ ਗੱਲ ਜਿਹੜੀ ਪਤਾ ਹੁੰਦਾ। ਸੋ ਉਦੋਂ ਵੀ ਸਰਕਾਰ ਬੈਕਫੁੱਟ 'ਤੇ ਚਲੇ ਗਈ। ਹੁਣ ਸੁਖਵਿੰਦਰ ਜੀ ਜਿਹੜੀਆਂ ਇਹ ਸਥਿਤੀਆਂ ਬਿਆਨ ਕੀਤੀਆਂ ਨੇ, ਮੈਂ ਇਹ ਸਥਿਤੀਆਂ ਬਿਆਨ ਕਰਨ ਦਾ ਭਾਵ ਇਹ ਆ ਕਿ ਜੇਕਰ ਵਾਕਿਆ ਹੀ ਤੁਹਾਡੀ ਨਜ਼ਰ 'ਚ ਕੋਈ ਕਰਪਟ ਅਧਿਕਾਰੀ ਹਨ ਤਾਂ ਉਹਨਾਂ ਦੇ ਖਿਲਾਫ਼ ਤਾਂ ਸੁਖਵਿੰਦਰ ਜੀ ਕਾਰਵਾਈ 100% ਹੋਣੀ ਚਾਹੀਦੀ ਹੈ, ਸਰਕਾਰ ਨੂੰ ਯੂ ਟਰਨ ਨਹੀਂ ਲੈਣਾ ਚਾਹੀਦਾ ਕਿਸੇ ਵੀ ਸੂਰਤ ਵਿੱਚ। ਜਿਸ ਤਰੀਕੇ ਨਾਲ ਪਿਛਲੇ 48 ਕਰਮਚਾਰੀਆਂ ਦੀ ਲਿਸਟ ਵਿਜੀਲੈਂਸ ਜਾਰੀ ਕਰਦੀ ਆ, ਉਹ ਪਬਲਿਕ ਡੋਮੇਨ 'ਚ ਕਿਵੇਂ ਆ ਗਈ, ਮੁੱਖ ਮੰਤਰੀ ਦੇ ਦਫ਼ਤਰ ਤੱਕ ਬਾਅਦ 'ਚ ਪਹੁੰਚਦੀ ਆ ਤਾਂ ਪਬਲਿਕ ਡੋਮੇਨ 'ਚ ਆ ਗਈ, ਉਹ ਕਿਵੇਂ ਆ ਗਈ, ਪ੍ਰਸ਼ਨ ਇਹ ਨੇ। ਜੇ ਤਾਂ ਸਰਕਾਰ ਨੇ ਅਜਿਹਾ ਇੱਕ ਡਰ ਦਾ ਮਾਹੌਲ ਬਣਾ ਕੇ ਅਫਸਰਾਂ ਨੂੰ ਬਲੈਕਮੇਲ ਕਰਨ ਦਾ ਯਤਨ ਕਰਨਾ ਤਾਂ ਫਿਰ ਸੁਖਵਿੰਦਰ ਜੀ ਅਜਿਹੀਆਂ ਐਸੋਸੀਏਸ਼ਨਾਂ ਵੱਲੋਂ ਅਜਿਹੇ ਬਾਈਕਾਟ ਦਾ ਸੱਦਾ ਤਾਂ ਆਉਂਦਾ ਰਹੇਗਾ ਤੇ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਕੇ ਆਏ ਤਾਂ ਇਸ ਕਰਕੇ ਕਾਰਵਾਈ ਕਰਾਂਗੇ ਤਾਂ ਫਿਰ ਸਰਕਾਰ ਦੀ ਉਸ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ੍ਹ ਲੱਗਣਾ ਸੁਭਾਵਿਕ ਹੀ ਆ, ਕਰਮਚਾਰੀਆਂ ਨੇ ਵੀ ਲਾਉਣਾ ਤੇ ਲੋਕਾਂ ਨੇ ਵੀ ਲਾਉਣਾ। ਸੋ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਤੁਸੀਂ ਵਾਕਿਆ ਹੀ ਜੇਕਰ ਕਰਪਸ਼ਨ ਨੂੰ ਮਿਟਾਉਣ ਦੇ ਯਤਨਾਂ ਵਿੱਚ ਜੇ ਤਾਂ ਫਿਰ ਸੁਖਵਿੰਦਰ ਜੀ ਕਾਰਵਾਈ ਹੋਣੀ ਚਾਹੀਦੀ ਆ, ਪਰ ਉਸ ਦੇ ਨਾਲ ਹੀ ਨਾਲ ਤੁਹਾਨੂੰ ਆਪਣੇ ਵਿਧਾਇਕਾਂ ਨੂੰ, ਆਪਣੇ ਮੰਤਰੀਆਂ ਨੂੰ ਜਾਂ ਵਿਧਾਇਕਾਂ ਦੇ ਜਿਹੜੇ ਹੋਰ ਚੇਲੇ ਚੱਪੜੇ ਨੇ ਉਹਨਾਂ ਨੂੰ ਇਹ ਦੱਸ ਦੇਣਾ ਚਾਹੀਦਾ ਕਿ ਉਹਨਾਂ ਦੀ ਲਕਸ਼ਮਣ ਰੇਖਾ ਜਿਹੜੀ ਆ ਕਿੱਥੋਂ ਤੱਕ ਆ, ਤਾਂ ਉਸ ਲਕਸ਼ਮਣ ਰੇਖਾ ਨੂੰ ਪਾਰ ਕਰਨ ਦਾ ਮਤਲਬ ਇਹ ਆ ਕਿ ਤੁਸੀਂ ਸਰਕਾਰੀ ਅਧਿਕਾਰੀਆਂ ਦੇ ਕੰਮਕਾਜ 'ਚ ਦਖਲ ਬੇਲੋੜੀ ਦਖਲ ਅੰਦਾਜ਼ੀ ਕਰ ਰਹੇ ਜੇ। ਜੇਕਰ ਅਜਿਹਾ ਵਰਤਾਰਾ ਰਹਿੰਦਾ ਜਿਸ ਤਰੀਕੇ ਨਾਲ ਐਸੋਸੀਏਸ਼ਨ ਵਾਲੇ ਜਾਂ ਪਟਵਾਰੀ ਜਾਂ ਗਰਦੌਰ ਜਿਸ ਤਰੀਕੇ ਨਾਲ ਵਿਧਾਇਕਾਂ 'ਤੇ ਇਲਜ਼ਾਮ ਲਾ ਰਹੇ ਨੇ ਤੇ ਜਿਸ ਤਰੀਕੇ ਨਾਲ ਵਿਧਾਇਕ ਤੇ ਉਹਨਾਂ ਦੇ ਖਾਸਮ ਖਾਸ ਜਾ ਕੇ ਦਫ਼ਤਰਾਂ ਨੂੰ ਚੈੱਕ ਕਰਦੇ ਨੇ, ਸੁਖਵਿੰਦਰ ਜੀ ਇਹਦੇ ਨਾਲ ਤਾਂ ਫਿਰ ਟਕਰਾਓ ਦੀ ਨੀਤੀ ਵਧੇਗੀ ਵਧੇਗੀ, ਸਰਕਾਰ ਦੀ ਜਿਹੜੀ ਜ਼ੀਰੋ ਟਾਲਰੈਂਸ ਦੀ ਕਰਪਸ਼ਨ ਨੂੰ ਲੈ ਕੇ ਜਿਹੜੀ ਪਾਲਿਸੀ ਆ ਉਹਦਾ ਫਿਰ ਜਿਸ ਤਰੀਕੇ ਨਾਲ ਜਲੂਸ ਨਿਕਲ ਰਿਹਾ ਜਾਂ ਨਿਕਲੂਗਾ ਉਹ ਫਿਰ ਸਾਰਿਆਂ ਦੇ ਸਾਹਮਣੇ ਆ। ਕਿਉਂਕਿ ਅੱਜ ਉਹਨਾਂ ਨੇ 15 ਦਿਨਾਂ ਦੀ ਅਲਟੀਮੇਟਮ ਦਿੱਤਾ, ਪਿੱਛੇ ਵੀ ਉਹ ਅਧਿਕਾਰੀ ਸਟਰਾਈਕ ਤੇ ਰਹੇ ਜਿਹੜੇ 48 ਕਰਮਚਾਰੀ ਜਿਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਰਪਟ ਰਹੇ। ਔਰ ਬੜੀ ਇੰਟਰਸਟਿੰਗ ਗੱਲ ਆ ਸੁਖਵਿੰਦਰ ਜੀ, ਉਹਦੇ ਵਿੱਚ ਆਪਣੇ ਕੁਝ ਖੇਤਰ ਦੇ ਵੀ ਨੈਬ ਤਹਿਸੀਲਦਾਰ ਜਾਂ ਤਹਿਸੀਲਦਾਰ ਸਨ ਜਿਹਨਾਂ ਵਾਸਤੇ ਕਹਾਣੀਆਂ ਬੜੀਆਂ ਮਸ਼ਹੂਰ ਨੇ ਕਿ ਹਾਂ ਵੀ ਉਹ ਲੋਕਾਂ ਕੋਲ ਇਸ ਤਰੀਕੇ ਨਾਲ ਮਾਲਮੱਤਾ ਲੈਂਦੇ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਅਧਿਕਾਰੀ ਬਿਲਕੁਲ ਸ਼ਰੇਆਮ ਤੁਰੇ ਫਿਰਦੇ ਆ ਤਾਂ ਸਰਕਾਰ ਬੌਣੀ ਨਜ਼ਰ ਆਉਂਦੀ ਆ। ਇਹ ਸਿਰਫ ਤੇ ਸਿਰਫ ਸਰਕਾਰ ਦੀ ਇੱਕ ਕਾਹਲੀ ਜਿਹੜੀ ਆ ਕਿ ਜਦੋਂ ਵਿਧਾਇਕ ਜਾ ਕੇ ਛਾਪੇ ਮਾਰਦੇ ਨੇ
ਤਾਂ ਦੂਜੇ ਪਾਸੇ ਅਧਿਕਾਰੀਆਂ ਨੂੰ ਮੌਕਾ ਮਿਲ ਜਾਂਦਾ, ਉਹ ਫਿਰ ਸਰਕਾਰ ਨੂੰ ਟੰਗ ਦਿੰਦੇ ਤੇ ਸਰਕਾਰ ਫਿਰ ਬੇਬਸ ਨਜ਼ਰ ਆਉਂਦੀ ਆ। ਸਰਕਾਰ ਨੇ ਜੇਕਰ ਕਰਪਟ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਆ ਤਾਂ ਫਿਰ ਉਹ ਤਰੀਕੇ ਨਾਲ ਹੋਣੀ ਚਾਹੀਦੀ ਆ, ਨਾ ਕਿ ਭਰਵਾਨੀ ਜਿਹੜਾ ਦੇ ਕੇ ਜਿਸ ਤਰੀਕੇ ਨਾਲ ਵਿਧਾਇਕ ਜਾਂਦੇ ਨੇ ਉਹਨਾਂ ਦੇ ਚੇਲੇ ਚਪਟੇ ਜਾਂਦੇ ਨੇ। ਇਹ ਸਰਕਾਰ ਦੇ ਕੰਮ ਦੇ ਕਾਰ ਵਿੱਚ ਵੀ ਦਖਲ ਅੰਦਾਜ਼ੀ ਆ ਤੇ ਪ੍ਰਸ਼ਾਸਨ ਦੇ ਕੰਮਾਂ ਦੇ ਵਿੱਚ ਵੀ। ਇਸ ਨਾਲ ਸਰਕਾਰ ਦਾ ਅਕਸ ਵਧੀਆ ਨਹੀਂ ਬਲਕਿ ਨਗਾਰ ਵੱਲ ਜਾਂਦਾ। ਸਰਕਾਰ ਨੂੰ ਚਾਹੀਦਾ ਕਿ ਆਪਣੇ ਇਹਨਾਂ ਕਰਮਚਾਰੀਆਂ ਨੂੰ, ਵਿਧਾਇਕਾਂ ਨੂੰ ਇਹ ਸਬਕ ਪੜ੍ਹਾਵੇ ਕਿ ਤੁਹਾਡੀ ਲਕਸ਼ਮਣ ਰੇਖਾ ਕੀ ਆ, ਕਿ ਤੁਸੀਂ ਕਿੱਥੋਂ ਤੱਕ ਜਾ ਕੇ ਦਖਲ ਅੰਦਾਜ਼ੀ ਕਰਦੀ ਆ, ਕਿੱਥੋਂ ਤੱਕ ਚੈਕਿੰਗ ਕਰਦੀ ਆ, ਕਿੱਥੋਂ ਤੱਕ ਨਹੀਂ ਕਰਦੀ। ਇਹ ਨਾ ਹੋਵੇ ਕਿ ਇਸ ਦਾ ਜਲੂਸ ਹੀ ਜਿਹੜਾ ਜਿਸ ਤਰੀਕੇ ਨਾਲ ਨਿਕਲਦਾ ਪਿਆ ਉਸ ਤਰੀਕੇ ਦਾ ਜਲੂਸ ਨਿਕਲੇ। ਜੀ ਹੁਣ ਇੱਥੇ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ, ਸਰਕਾਰ ਇਹ ਵੀ ਕਹਿ ਸਕਦੀ ਹੈ ਕਿ ਭਾਈ ਸਾਡੇ ਵਿਧਾਇਕ ਜਿਹੜੇ ਆ ਉੱਥੇ ਜਾ ਕੇ ਇਹਨਾਂ ਕਰਪਟ ਅਫਸਰਾਂ ਨੂੰ ਫੜਦੇ ਆ, ਇਸ ਕਰਕੇ ਇਹਨਾਂ ਨੂੰ ਤਕਲੀਫ ਹੁੰਦੀ ਆ। ਪਰ ਸਰਕਾਰ ਨੂੰ ਔਰ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਵੀ ਜਵਾਬ ਦੇ ਦੇਣਾ ਚਾਹੀਦਾ ਹੈ ਕਿ ਜਿਹੜੀ ਪਿਛਲੇ ਦਿਨੀ ਇੱਕ ਕਰਪਟ ਅਫਸਰਾਂ ਦੀ ਜਿਹੜੀ ਹੈ ਉਹ ਲਿਸਟ ਤਿਆਰ ਕੀਤੀ ਗਈ, ਕੁਝ ਤਹਿਸੀਲਦਾਰਾਂ ਦੀ ਲਿਸਟ ਤਿਆਰ ਕੀਤੀ ਗਈ ਸੀ, ਤੇ ਫਿਰ ਉਸ ਲਿਸਟ ਤੋਂ ਬਾਅਦ ਤੁਹਾਡੀ ਆਪਣੀ ਲਿਸਟ ਕੀਤੀ ਤਿਆਰ ਤੋਂ ਬਾਅਦ ਦੱਸੋ ਫਿਰ ਉਹਨਾਂ ਤਹਿਸੀਲਦਾਰਾਂ ਤੇ ਉਹਨਾਂ ਅਫਸਰਾਂ ਤੇ ਕੀ ਕਾਰਵਾਈ ਕੀਤੀ ਹੈ। ਜੇ ਵਾਕਈ ਤੁਸੀਂ ਕਰਪਸ਼ਨ ਨੂੰ ਹਟਾਉਣ ਵਾਲੇ ਪਾਸੇ ਹੋ, ਖੁਦ ਤੁਸੀਂ ਤਿਆਰ ਕਰਦੇ ਹੋ ਕਿ ਆ ਫਲਾਨਾ ਫਲਾਨਾ ਅਫਸਰ ਜਿਹੜਾ ਉਹ ਬੜਾ ਕਰਪਟ ਹੈ ਤੇ ਉਹ ਸਾਰੇ ਦੇ ਸਾਰੇ ਉੱਥੇ ਹੀ ਲੱਗੇ ਹੋਏ ਆ, ਜੇ ਤੁਸੀਂ ਕਰਪਟ ਉਹਨਾਂ ਨੂੰ ਮੰਨ ਲਿਆ ਤਾਂ ਫਿਰ ਉਹਨੂੰ ਹਟਾਇਆ ਕਿਉਂ ਨਹੀਂ ਗਿਆ ਹਾਲੇ ਤੱਕ? ਗੱਲ ਇਹ ਵੀ ਬਣਦੀ ਹੈ ਅਣਖੀ ਸਾਹਿਬ। ਚਲੋ ਅਗਲੀ ਖਬਰ ਜਿਹੜੀ ਆਪਾਂ ਲੈ ਲੈਂਦੇ ਹਾਂ, ਅਗਲੀ ਖਬਰ ਵੀ ਬੜੀ ਅਹਿਮ ਹੈ। ਅਗਲੀ ਖਬਰ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਦੀਆਂ ਜਿਹੜੀਆਂ ਖਬਰਾਂ ਨੇ ਉਦਣ ਦਾ ਹੀ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ, ਕਾਂਗਰਸ ਹਾਈਕਮਾਨ ਵੀ ਉੱਪਰੋਂ ਜਿਹੜੀ ਮੰਨ ਚੁੱਕੀ ਹੈ ਕਿ ਇੰਡੀਆ ਨਾਮ ਦਾ ਇੱਕ ਜਿਹੜਾ ਫਰੰਟ ਬਣ ਚੁੱਕਿਆ, ਉਹਦੇ ਵਿੱਚ ਕਾਂਗਰਸ ਵੀ ਆ, 24 ਪਾਰਟੀਆਂ ਹੋਰ ਨੇ, ਕਾਂਗਰਸ ਨੇ 25 ਹੋ ਗਈਆਂ ਤੇ 26ਵੀਂ ਪਾਰਟੀ ਆਮ ਆਦਮੀ ਪਾਰਟੀ ਵੀ ਹੈ। ਔਰ ਉਸ ਤੋਂ ਬਾਅਦ ਉਮੀਦ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਜਿਹੜੀ ਆ ਮਿਲ ਕੇ ਚੋਣਾਂ ਲੜੂ, ਜਿੱਥੇ ਆਮ ਆਦਮੀ ਪਾਰਟੀ ਪੰਜਾਬ ਤਾਂ ਇਸ ਚੀਜ਼ ਨੂੰ ਮੰਨ ਚੁੱਕੀ ਹੈ ਪਰ ਕਾਂਗਰਸ ਜਿਹੜੀ ਆ ਉਹ ਮੰਨਦੀ ਨਹੀਂ। ਹੁਣ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਫੇਰ ਉਹੀ ਗੱਲ ਕਹਿ ਰਿਹਾ, ਕਹਿੰਦੇ ਕਿ ਸਾਡਾ ਤਾਂ ਜਿਹੜਾ ਮੁੱਖ ਮੁਕਾਬਲਾ ਹੀ ਜਿਹੜਾ ਉਹ ਦੇਸ਼ ਦੇ ਵਿੱਚ ਬੀਜੇਪੀ ਦੇ ਨਾਲ ਹੈ ਤੇ ਕਹਿੰਦੇ ਆਪ ਤਾਂ ਕਿਤੇ ਹੈ ਹੀ ਨਹੀਂ। ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਦੱਸ ਦੇਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਮੁਕਾਬਲਾ ਜਿਹੜਾ ਉਹ ਕਿਹਦੇ ਨਾਲ ਆ, ਬੀਜੇਪੀ ਨਾਲ ਆ ਕਿ ਆਪ ਨਾਲ? ਉਹ ਕਹਿੰਦੇ ਕਿ ਅਸੀਂ ਤਾਂ ਆਪ ਦੇ ਖਿਲਾਫ ਰਹਿਣਾ ਤੇ ਅਸੀਂ ਉਹਨਾਂ ਦੇ ਖਿਲਾਫ ਹੈਗੇ ਹਾਂ। ਔਰ ਪਤਾ ਇਹ ਵੀ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਦਿੱਲੀ ਗਏ ਹੋਏ ਨੇ ਔਰ ਸੋਮਵਾਰ ਨੂੰ ਹਾਈਕਮਾਨ ਦੇ ਨਾਲ ਇਸ ਮਸਲੇ ਤੇ ਮੁਲਾਕਾਤ ਵੀ ਕਰ ਸਕਦੇ ਆ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਭਾਈ ਸਾਡੀਆਂ ਹਾਈਕਮਾਨਾਂ ਨੇ ਇਹ ਫੈਸਲੇ ਲੈਣੇ ਹੁੰਦੇ ਆ ਤੇ ਉਹਨਾਂ ਨੇ ਲਏ ਆ, ਤੇ ਮੈਨੂੰ ਲੱਗਦਾ ਨਹੀਂ, ਕਹਿੰਦੇ ਕਿ ਸਾਨੂੰ ਲੱਗਦਾ ਨਹੀਂ ਕਿ ਖਹਿਰਾ ਸਾਹਿਬ, ਮਾਫ ਕਰਨਾ, ਇਹਦੇ ਵਿੱਚ ਬਾਜਵਾ ਸਾਹਿਬ ਦਾ ਕੋਈ ਲੈਣਾ ਦੇਣਾ ਕਹਿੰਦੇ ਹੋਊਗਾ। ਬਾਜਵਾ ਸਾਹਿਬ ਤਾਂ ਕਹਿੰਦੇ ਹੁਣ ਉਹੀ ਹਵਾ 'ਚ ਡਾਂਗਾ ਮਾਰੀ ਜਾਂਦੇ ਆ, ਮੰਨਣੀ ਤਾਂ ਆਖਰ ਹਾਈਕਮਾਨ ਦੀ ਬਾਜਵਾ ਸਾਹਿਬ ਨੂੰ ਕਹਿੰਦੇ ਪੈਣੀ ਆ, ਅੱਜ ਮੰਨ ਲੈਣ ਤੇ ਕੱਲ੍ਹ ਮੰਨ ਲੈਣ। ਸੁਖਵਿੰਦਰ ਜੀ, ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਅਜਿਹੇ ਨੇਤਾ ਨੇ ਜਿਹੜੇ ਬਿਆਨਬਾਜ਼ੀ ਤਾਂ ਬੜੀ ਉੱਚੀ ਉੱਚੀ ਕਰਦੇ ਆ, ਬਹੁਤ ਤਗੜੇ ਤਗੜੇ ਸ਼ਬਦ, ਕਿਉਂਕਿ ਉਹਨਾਂ ਨੂੰ ਇੱਕ ਇਸ ਗੱਲ ਦਾ ਸ਼ਾਇਦ ਬਹੁਤ ਜ਼ਿਆਦਾ ਮਾਣ ਆ ਕਿ ਉਹ ਸਭ ਤੋਂ ਸੀਨੀਅਰ ਵਿਧਾਇਕ ਨੇ ਜਾਂ ਵਿਧਾਨ ਸਭਾ ਦੇ ਵਿੱਚ ਉਹ ਸੀਨੀਅਰ ਇਹੋ ਜਿਹੇ ਵਿਅਕਤੀ ਨੇ, ਬਾਕੀ ਸਾਰੇ ਜੂਨੀਅਰ ਨੇ। ਤੇ ਉੱਪਰਲੇ ਬੰਨੇ ਪਾਰਲੀਮੈਂਟ ਤੌਰ ਤੇ ਵੀ ਉਹਨਾਂ ਨੂੰ ਇਹ ਗੱਲ ਦਾ ਮਾਣ ਹੈਗਾ ਕਿ ਉਹ ਬੜੇ ਸੁਲਝੇ ਹੋਏ ਸਿਆਣੇ ਨੇ, ਹੈ ਵੀ ਹਨ ਚਲੋ, ਪਰ ਜਿਸ ਤਰੀਕੇ ਦੀ ਉਹ ਬਿਆਨਬਾਜ਼ੀ ਕਰਦੇ ਆ ਉਹਨਾਂ ਦੀ ਬਿਆਨਬਾਜ਼ੀ ਦੇ ਵਿੱਚ ਇੱਕ ਰਾਜਨੀਤਿਕ ਵਾਲੀ ਗੱਲ, ਨੇਤਾ ਵਾਲੀ ਗੱਲ ਘੱਟ ਨਜ਼ਰ ਆਉਂਦੀ ਆ। ਇੱਕ ਅਸੀਂ ਕਹਿ ਸਕਣ ਕਿ ਈਗੋ ਨਾਲ ਭਰੇ ਹੋਏ ਇਨਸਾਨ ਦੀ ਜਿਹੜੀ ਗੱਲ ਆ ਉਹ ਜ਼ਰੂਰ ਉਹਨਾਂ ਦੇ ਬੋਲਾਂ ਦੇ ਵਿੱਚ ਹੁੰਦੀ ਆ ਕਿ ਜਿਹੜਾ ਇਹ ਗੱਲ ਸੋਚਦੇ ਕਿ ਹਾਂ ਵੀ ਮੇਰੇ ਤੋਂ ਵੱਧ ਇਸ ਧਰਤੀ 'ਤੇ ਕੋਈ ਸਿਆਣਾ ਹੀ ਨਹੀਂ। ਹੁਣ ਜਿਸ ਦਿਨ ਆਰਡੀਨੈਂਸ ਦੇ ਸੰਬੰਧ ਵਿੱਚ ਦਿੱਲੀ 'ਚ ਮੀਟਿੰਗਾਂ ਕਾਂਗਰਸ ਦੇ ਆਗੂਆਂ ਨੂੰ ਬੁਲਾ ਕੇ ਕਾਂਗਰਸ ਹਾਈਕਮਾਨ ਨੇ ਪੁੱਛਿਆ ਕਿ ਇਸ ਆਰਡੀਨੈਂਸ ਦੇ ਸੰਬੰਧ ਵਿੱਚ ਕੀ ਕਰਨਾ, ਸਮਰਥਨ ਦੇਣਾ ਕਿ ਨਹੀਂ ਦੇਣਾ, ਤਾਂ ਪ੍ਰਤਾਪ ਸਿੰਘ ਬਾਜਵਾ ਹੁਣੀ ਅੰਦਰ ਜਾ ਕੇ ਜੋ ਕਿਹਾ, ਬਾਹਰ ਆਣ ਕੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਹਾਈਕਮਾਨ ਨੂੰ ਸਾਫ਼ ਤੇ ਸਪਸ਼ਟ ਸੰਕੇਤ ਦਿੱਤਾ ਕਿ ਇਸ ਆਰਡੀਨੈਂਸ ਦਾ ਹੀ ਕੋਈ ਸਮਰਥਨ ਨਹੀਂ ਕਰਨਾ, ਰਾਜ ਸਭਾ ਦੇ ਵਿੱਚ ਅਸੀਂ ਇਸ ਦੇ ਬਿਲਕੁਲ ਨਾਲ ਨਹੀਂ ਹਾਂ, ਭਾਜਪਾ ਦਾ ਹੀ ਕੋਈ ਵਿਰੋਧ ਨਹੀਂ ਕਰਨਾ। ਇਹੋ ਜਿਹੀ ਉਹਨਾਂ ਨੇ ਗੱਲਾਂ ਪਿੱਛਾ ਕੀਤੀਆਂ ਕਿ ਕਾਂਗਰਸ ਪਾਰਟੀ ਆਰਡੀਨੈਂਸ ਦੇ ਹੱਕ ਦੇ ਵਿੱਚ ਜਾਂ ਉਸ ਦੇ ਵਿਰੋਧ 'ਚ ਨਹੀਂ ਜਾਈ, ਇਸ ਤਰ੍ਹਾਂ ਦੀ ਖਬਰਾਂ ਗੱਲ ਕੀਤੀ। ਤੇ ਸੁਖਵਿੰਦਰ ਜੀ, ਅੱਜ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ, ਉਹੀ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ ਕਿ ਹਾਂ ਭਈ ਨਹੀਂ, ਕਾਂਗਰਸ ਪਾਰਟੀ ਜਿੱਥੇ ਵੀ ਇਹ ਮਹਿਸੂਸ ਕਰੇਗੀ ਕਿ ਭਾਜਪਾ ਵੱਲੋਂ ਸੰਵਿਧਾਨਕ ਤੌਰ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਢਾਹ ਲਾਈ ਜਾ ਰਹੀ ਆ, ਤੇ ਫਿਰ ਅਸੀਂ ਉਸਦਾ ਰੱਜ ਕੇ ਵਿਰੋਧ ਕਰਾਂਗੇ, ਆਰਡੀਨੈਂਸ ਦਾ ਵੀ ਕਹਿੰਦੇ ਵਿਰੋਧ ਕਰਾਂਗੇ। ਉਹੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਅੱਜ ਤੋਂ 10 ਜਾਂ 15 ਦਿਨ ਪਹਿਲਾਂ ਇਹ ਕਹਿ ਰਹੇ ਸੀ ਕਿ ਅਸੀਂ ਆਰਡੀਨੈਂਸ ਦੇ ਸੰਬੰਧ ਵਿੱਚ ਕਿਸੇ ਦਾ ਆਮ ਆਦਮੀ ਪਾਰਟੀ ਦਾ ਕੋਈ ਸਮਰਥਨ ਨਹੀਂ ਕਰਨਾ, ਹੁਣ ਇਹ ਉਹ ਲੋਕਤੰਤਰੀ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਆ। ਤਾਂ ਇਸ ਸੰਦਰਭ ਦੇ ਵਿੱਚ ਦੇਖਿਆ ਜਾਏ ਤਾਂ ਪ੍ਰਤਾਪ ਬਾਜਵੇ ਦੀ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ, ਹਾਸੋ ਹੀਨੇ ਤੋਂ ਵੱਧ ਕੁਝ ਨਹੀਂ ਬਣਦੀ। ਹੁਣ ਸਭ ਤੋਂ ਜ਼ਿਆਦਾ ਜ਼ੋਰ ਜਿਸ ਦਿਨ ਦਾ ਉੱਪਰ ਗੱਠਜੋੜ ਹੋਇਆ
जिस तरीके ना उपर के नेतावान ने कहा कि निजी हितों को दरकिनार करदिया होया लोकतंत्री कदर कीमतों की बहाली वास्ते जेकर सानू कुछ अपनियां गल्लां नूं भुलना पएगा अं भुलांगे पर भाजपा का असी डट के मुकाबला जिहड़ा करांगे ते गठजोड़ होगा। इहो गल्लां आम आदमी पार्टी के नेतावान ने भी गल की, कांग्रेस के बंदियां ने भी हाईकमान ने भी की, पर सवाई प्रताप सिंह बाजवा तो अलावा होर कोई भी बंदा इस मुद्दे पर कोई भी बोलता नहीं। राजे बड़ेंग ने जरूर एक दो वारी नफे तो लिए शब्दों गल की पर प्रताप बाजवा सब तो ज्यादा अज फिर बोले। हुण कहिंदे ने दिल्ली गए ने, चलो दिल्ली चले गए जाके गलबात कराए। प्रताप सिंह बाजवे की जी कार्यशैली है सुखविंदर जी मैं बड़े करीबी तो वेखी है। कैप्टन अमरिंदर सिंह ने इन्हों चार साल पूर्व तौर पर खुडे लैन ला के रखे, खुडे लैन लाने तो बाद प्रताप सिंह बाजवा चिट्ठिया लिखते होंगे शमशेर सिंह दूलो तो ये तो कैप्टन अमरिंदर सिंह कहता मेरे को टाइम नहीं इन्हों चिट्ठियां पढ़ने को, कभी पढ़ी नहीं। फिर एक समा इन्हों का आया कि कैप्टन अमरिंदर सिंह ने प्रताप सिंह बाजवे को थापड़ा दिता, उ कैप्टन प्रताप सिंह बाजवा जो कैप्टन के खिलाफ बोलता से कैप्टन के आ के सोले गाने शुरू किए। तो एक महीने की जो ताकत बख्शी कैप्टन अमरिंदर सिंह ने प्रताप सिंह बाजवे बटाले के उस वे अश्विनी सिंगरी खुडे लैन का प्रोग्राम लाता से, तो फिर प्रताप सिंह बाजवे ने हौलदार तो लैके तो एस एस पी तक दारिया बदलियां कराती तो ये कहें होंगे मेरा चोपर जरा पता नहीं कितने लैंड करना योजना वह गल बात करते ही उस वक्त इन्होंने अपने नुकसान बचाया। तो फिर राहुल गांधी वालों भी अपने आप को बड़ा इन्होंने करीबी दसा कि राहुल गांधी ने मैं थापड़ा देकर भेजिया पंजाब दे विच जाओ, पर सुखविंदर जी हुण वह स्थितियां नहीं हैं क्योंकि राहुल गांधी वास्ते 2027 बहुत दूर आ, 2024 बरूहां ते खलोती है। तो 2024 बरूहां ते जो खलोती है तो उस वक्त उन्होंने प्रताप सिंह बाजवे के किसी भी योजे विरोध में ना तो उन्होंने लैना सीरीयस तौर पर लैना तो ना इस वाल कोई ध्यान जरा वो देना क्योंकि कांग्रेस हाईकमान इस वे 2024 दी चोणां नूं डू एंड डाई की स्थिति दे विच लैके चलनी पई है क्योंकि दूजे पासे उन्हां नूं पता कि भारतीय जनता पार्टी के एनडीए के जिहड़े प्रधानमंत्री नरेंद्र मोदी ने उन्होंने अक्स नूं भी हुण खोरा लग चुका, स्थिति पहिलां वाली नहीं है। यह स्थिति बहुत उन्हां वास्ते खास तौर पर इंडिया गठजोड़ वास्ते बड़ी महत्वपूर्ण आ कि जदों एक देश दे विच उन्हां दे हक विच लहर बनती होवे तो फिर उत्ते प्रताप सिंह बाजवे वर्गे बंदे जिहड़े महज ते महज पंजाब दे एक विधानसभा हल्के नाल संबंधित ने कि उन्हां दे विरोध की कोई अहीं कह सकदे कि तवज्जो जिहड़ी कांग्रेस हाईकमान वल्लों दित्ती जाएगी बेशक मिलके भी आ जाण, मेरा नहीं ख्याल कोई अजिही स्थिति जिहड़ी वह नज़र आए क्योंकि कांग्रेस हाईकमान ने अपने हित सोचने ने अपने फायदे सोचने ने ना कि प्रताप सिंह बाजवे वालों की जाती बयानबाजी को उन्होंने आधार बना के इस गठजोड़ के संबंधी कोई फैसला करता। अगर वेख्या जाए तो प्रताप सिंह बाजवे की जी बयानबाजी होंगी है सुखविंदर जी वो कोई भी संविधानक नहीं होंगी, जिस तरीके ना कल भी उन्होंने बयान आया कि अही तो इन्ह बंद आम आदमी पार्टी के विधायकों की शक्ल वेखना नहीं चाहते, गठजोड़ दी गल करते थे हूँ उसे शक्ल वेखनी या ना वेखनी वो कोई भूआ फुफड़ के मुंडे तो है नहीं कि जिन्होंने तुम पसंद ना पसंद करोगे वो चुने हुए विधायक ने माड़े नहीं चंगे नहीं विधानसभा के जाके तो बहना ही पैना तो फिर बर्दाश्त करना ही पैना, फिर योजे बोल कबोल घट्टो घट नहीं क्ढने चाहिए जेडे थोड़े अक्स में ढा लेंगे हो विधान। तो दूजे पास कांग्रेस हाईकमान भी थोड़े उन्होंने बयान कोई खास तवज्जो ना दी हो फिर बंदे अपनी स्थिति समझ लेनी चाहिए है। प्रताप सिंह बाजवा शायद अजे इस गल तो अनजान ने कि हाईकमान अपना फैसला कर चुकी है, उन्होंने विरोध का कोई भी मायना जोड़े आ खास महत्ता नहीं रखते जी। बिल्कुल चलो उधर सुखदेव सिंह ढींसा हो रही जो भी मोदी की शह के उपर कूरा सुखबीर बादल ढा लाने वाले पास चल पिया जलों तो वारस दसिया श्रोमणी अकाली दल का असली सुखदेव सिंह ढींसा होर मोदी साहब ने तो हम कहते बैठक ला ली गई ढींसा जेडे सुखबीर दे अकाली जेडे कहें कि एस जी पी सी दैरिया लैके भी ये मीटिंग हुई है तो होर की कुछ इस मीटिंग हो भी जरा दस। सुखविंदर जी सुखदेव सिंह ढींसा उस दिन तो चढ़ दिया कला चन जिस दिन 18 जुलाई को एनडीए की मीटिंग होंगी है तो उत्थे प्रधानमंत्री नरेंद्र मोदी श्रोमणी अकाली दल या प्रकाश सिंह बादल का अगला जानशीन जिहड़ा सुखदेव सिंह ढींसा दसते हैं। तो यह सुखदेव सिंह ढींसे हुणी जदों ये लकब उन्होंने मिलता तो उस दिन तो वह बड़े उत्साहित नजर आ रहे हैं तो जिस तरीके ना बीते दिन च एक दूजे के श्रोमणी अकाली दल वालों ढींसे होना उत्ते बयानबाजी हुई तो जिस तरीके का उन्होंने जवाब दिता कि एनडीए की उस मीटिंग शामिल होने वास्ते सुखबीर सिंह बादल वालों अपने एलची भेजे गए पर उन्होंने कोई खास तवज्जो दिती नहीं ज बुलाया नहीं। साफ संकेत यह है कि इस वे भारतीय जनता पार्टी
ਜਿਹੜੀ ਇੱਕ ਸੀਨੀਅਰ ਲੀਡਰਸ਼ਿਪ ਆ, ਮੈਂ ਸੀਨੀਅਰ ਲੀਡਰਸ਼ਿਪ ਤਾਂ ਕਹਿ ਰਿਹਾ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਇਸ ਵੇਲੇ ਸਭ ਤੋਂ ਮੇਰਾ ਖਿਆਲ ਸ਼੍ਰੋਮਣੀ ਅਕਾਲੀ ਦਲ ਚੋਂ ਸਭ ਤੋਂ ਬਜ਼ੁਰਗ ਨੇਤਾ ਮੰਨੇ ਜਾਂਦੇ ਆ, ਤਾਂ ਉਹਨਾਂ ਲੀਡਰਾਂ ਨੂੰ ਇਕੱਠੇ ਕਰਕੇ ਅਕਾਲੀ ਦਲ ਦੇ ਹੀ ਖਿਲਾਫ ਇੱਕ ਅਜਿਹਾ ਧੜਾ ਬਣਾਉਣ ਦੇ ਮੂਡ 'ਚ ਨੇ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਖਾਸ ਤੌਰ 'ਤੇ ਟੱਕਰ ਜਿਹੜੀ ਆ ਉਹ ਦੇ ਸਕੇ, ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਕਦੇ ਸ਼ਿਵ ਸੈਨਾ ਭਾਰਤੀ ਜਨਤਾ ਪਾਰਟੀ ਦਾ ਖਾਸ ਮਨਪਸੰਦ ਦਾ ਧੜਾ ਹੁੰਦਾ ਸੀ, ਉਹਨਾਂ ਦਾ ਅਸਲੀ ਗੱਠਜੋੜ ਦਾ ਸਾਥੀ, ਪਰ ਭਾਰਤੀ ਜਨਤਾ ਪਾਰਟੀ ਨੇ ਉਸੇ ਗੱਠਜੋੜ ਨੂੰ ਹਿੰਦੂ ਸ਼ਿਵ ਸੈਨਾ ਨੂੰ ਇਸ ਤਰੀਕੇ ਨਾਲ ਤੋੜਿਆ ਕਿ ਉਧਵ ਠਾਕਰੇ ਕਿਸੇ ਪਾਸੇ ਚਲਾ ਗਿਆ, ਏਕਨਾਥ ਸ਼ਿੰਦੇ ਕਿਤੇ ਪਾਸੇ ਆ ਗਏ, ਭਾਵ ਪਾਰਟੀ ਦਾ ਰਹਿਣ ਕੱਖ ਨਹੀਂ ਦਿੱਤਾ। ਉਹੋ ਜਿਹੀਆਂ ਸਥਿਤੀਆਂ ਜਿਹੜੀਆਂ ਸੁਖਵਿੰਦਰ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਬਣਾ ਦਿੱਤੀਆਂ ਗਈਆਂ ਨੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਥਾਪੜਾ ਮਿਲਣ ਤੋਂ ਬਾਅਦ, ਥਾਪੜਾ ਮਿਲਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਜਿਸ ਤਰੀਕੇ ਨਾਲ ਹੁਣ ਐਕਟਿਵ ਹੋਈ ਨੇ, ਉਹਦੇ ਨਾਲ ਸਾਫ਼ ਤੇ ਸਪਸ਼ਟ ਸੰਕੇਤ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਤਾਂ ਇਸ ਦਾ ਫਾਇਦਾ ਭਵਿੱਖ 'ਚ ਹੁੰਦਾ ਜਾਂ ਨਹੀਂ ਹੁੰਦਾ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਗੰਭੀਰ ਸਥਿਤੀਆਂ ਜ਼ਰੂਰ ਜਿਹੜੀਆਂ ਪੈਦਾ ਹੋਣਗੀਆਂ। ਸਭ ਤੋਂ ਪਹਿਲਾਂ ਇਹ ਗੱਲ ਕਰ ਲਈ ਕਿ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਟੇਕ ਜਿਹੜੀ ਹੈ ਸੁਖਵਿੰਦਰ ਜੀ, ਉਹ SGPC ਹੁੰਦੀ ਹੈ, ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਸ ਦੀ SGPC ਉਹ ਹੀ ਅਸਲੀ ਅਕਾਲੀ ਦਲ। ਹੁਣ ਜਿਸ ਤਰੀਕੇ ਨਾਲ ਕੱਲ੍ਹ ਮੀਟਿੰਗਾਂ ਦਾ ਦੌਰ ਜਾਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ, ਉਹ ਲੀਡਰ ਰਵਿੰਦਰ ਸਿੰਘ ਹੁਣੀ ਜਾਂ ਹੋਰ ਲੀਡਰ ਜਿਹੜੇ ਨੇ ਜਿਹੜੇ ਬੀਤੇ ਦੌਰ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਘਰ ਬੈਠੇ ਆ, ਉਹਨਾਂ ਲੀਡਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਕਰਕੇ ਇੱਕ ਸਾਂਝਾ ਫੋਰਮ ਬਣਾਉਣ ਦਾ ਯਤਨ ਕੀਤਾ ਗਿਆ, ਇੱਕ ਕੌਂਸਲ ਜਿਹੜੀ ਬਣਾਉਣ ਦਾ ਯਤਨ ਕੀਤਾ ਗਿਆ, ਤਾਂ ਜੋ 2024 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਇਹ ਕੌਂਸਲ ਜਿਹੜੀ ਆ ਜੁੜ ਕੇ ਚੋਣਾਂ ਜਿਹੜੀਆਂ ਉਹ ਲੜੇ। ਤਾਂ ਕਹਿੰਦੇ ਨੇ ਕਿ ਇਸ ਮੀਟਿੰਗ ਦੀ ਜਿਹੜੀ ਕੱਲ੍ਹ ਮੀਟਿੰਗ ਹੋਣੀ ਸੀ, ਬੀਬੀ ਜਗੀਰ ਕੌਰ ਉਹਨਾਂ ਨੂੰ ਵੀ ਸ਼ਾਮਿਲ ਹੋਣਾ ਸੀ, ਪਰ ਕੁਝ ਨਿੱਜੀ ਕਾਰਨਾਂ ਕਰਕੇ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕੇ। ਤਾਂ ਇਸ ਸਭ ਕਾਸੇ ਦੇ ਵਿੱਚ ਸੁਖਵਿੰਦਰ ਜੀ, ਜਿਸ ਤਰੀਕੇ ਦੀਆਂ ਸਿਆਸੀ ਗੋਟੀਆਂ ਜਿਹੜੀਆਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਫਿੱਟ ਕੀਤੀਆਂ ਜਾ ਰਹੀਆਂ, ਕੁਦਰਤੀ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਵਾਸਤੇ ਜਿਹੜੇ ਆਉਂਦੇ ਦਿਨ ਨੇ ਉਹ ਮੁਸ਼ਕਲਾਂ ਭਰੇ ਜ਼ਰੂਰ ਹੋਣਗੇ। ਹੁਣ ਇਹ ਵੀ ਪਤਾ ਲੱਗਾ ਕਿ ਗੱਠਜੋੜ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਹੁਤ ਨੇਤਾ ਜਿਹੜੇ ਸਨ ਅੰਦਰੋਂ ਅੰਦਰੀ, ਜਦੋਂ ਮੀਟਿੰਗ ਕੋਰ ਕਮੇਟੀ ਦੀ ਹੋਈ, ਸਾਰੇ ਚਾਹੁੰਦੇ ਸਨ ਕਿ ਜਿਹੜਾ ਗੱਠਜੋੜ ਹੋ ਜਾਣਾ ਚਾਹੀਦਾ, ਪਰ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੁਣੀ ਇਸ ਗੱਲ 'ਤੇ ਅੜ ਗਏ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਇਹ ਪ੍ਰਭਾਵ ਨਹੀਂ ਦੇਣਾ ਕਿ ਅਸੀਂ ਥੱਲੇ ਲੱਗ ਕੇ ਗੱਠਜੋੜ ਕੀਤਾ, ਅਸੀਂ ਇੱਕ ਫੋਰਸੇਬਲ ਪਾਰਟੀ ਹਾਂ, ਤਾਂ ਅਸੀਂ ਇੱਥੇ ਲੜ ਕੇ ਆਪਣੀ ਹੋਂਦ ਨੂੰ ਜਿਤਾਵਾਂਗੇ। ਅਤੇ ਕਹਿੰਦੇ ਨੇ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਯੂਥ ਅਕਾਲੀ ਦਲ ਜਿਹੜੇ ਵਰਕਰ ਨੇ ਉਹਨਾਂ ਨੂੰ ਇੱਕ ਸੱਦਾ ਦਿੱਤਾ ਕਿ ਤੁਸੀਂ ਬਿਲਕੁਲ ਤਿਆਰ ਬਰ ਤਿਆਰ ਹੋ ਕੇ 2024 ਦੀਆਂ ਚੋਣਾਂ ਲੜਨੀਆਂ ਨੇ। ਔਰ ਜੋ ਭਰੋਸੇਮੰਦ ਸੂਤਰ ਕਹਿ ਲਓ, ਜਿਹਨਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਇਹ ਵੀ ਗੱਲ ਦਾ ਪਤਾ ਲੱਗਾ ਕਿ ਅਕਾਲੀ ਦਲ ਦੇ ਜਿਹੜੇ ਦੋ ਵੱਡੇ ਨੇਤਾ ਨੇ, ਇੱਕ ਤਾਂ ਇਹਨਾਂ ਦੇ ਬੁਲਾਰੇ, ਤਾਂ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀ, ਜਿਹਨਾਂ ਸੰਬੰਧੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਵੀ ਇਸ ਤਰ੍ਹਾਂ ਕਰ ਸਕਦੇ ਆ, ਪਤਾ ਲੱਗਾ ਕਿ ਉਹਨਾਂ ਨੂੰ ਵੀ ਭਾਜਪਾ ਵੱਲੋਂ ਇਹ ਸੰਕੇਤ ਸੱਦਾ ਆ ਗਿਆ ਕਿ ਵੀ ਤੁਸੀਂ ਆ ਜਾਓ। ਤੇ ਕਹਿੰਦੇ ਉਹ ਵੀ ਆਉਣ ਦੇ ਜਾਣ ਦੀ ਜਿਹੜੀ ਇੱਛਾ ਆ ਉਹ ਪ੍ਰਗਟ ਕਰ ਚੁੱਕੇ ਆ, ਜੇ ਆਉਂਦਿਆਂ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ, ਤਾਂ ਆਉਂਦਿਆਂ ਦਿਨਾਂ 'ਚ ਇਹ ਦੋ ਨੇਤਾ ਜਿਹੜੇ ਨੇ ਇਹ ਕਿਸੇ ਸਮੇਂ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਉਹ ਨੇਤਾ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਾਸ ਸਿੱਪਾ ਸਲਾਰ ਨੇ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੂੰ ਜਿਸ ਤਰੀਕੇ ਨਾਲ ਥਾਪੜਾ ਦੇ ਕੇ ਪੰਜਾਬ ਦੀ ਸਰਗਰਮ ਰਾਜਨੀਤੀ ਦੇ ਵਿੱਚ ਭਾਜਪਾ ਨੇ ਉਤਾਰਿਆ, ਤਾਂ ਇੱਕ ਸਾਫ਼ ਸੰਕੇਤ ਇਹ ਆ ਕਿ ਜਿਹੜੀ ਭਾਜਪਾ ਗੱਠਜੋੜ ਜਾਂ ਭਾਜਪਾ ਦੀ ਜਿਹੜੀ ਹਾਈਕਮਾਨ ਆ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਦੇਣ ਦੇ ਮੂਡ 'ਚ ਹੈਗੀ, ਅਤੇ ਝਟਕਾ ਉਹਨਾਂ ਨੇ ਇੱਕ ਕਿਸਮ ਦਾ ਦੇ ਵੀ ਦਿੱਤਾ। ਤਾਂ ਹੁਣ ਅਜਿਹੀਆਂ ਸਥਿਤੀਆਂ ਦੇ ਵਿੱਚ ਇਹ ਵੇਖਣਾ ਹੋਵੇਗਾ 2024 ਦੀਆਂ ਚੋਣਾਂ ਦੇ ਵਿੱਚ ਕੀ ਭਾਜਪਾ ਇਸ ਨਵੇਂ ਸਿਆਸੀ ਭਾਈਵਾਲਾਂ ਦੇ ਨਾਲ ਕੀ ਕੁਝ ਨਵਾਂ ਕਰ ਪਾਉਂਦੀ ਹੈ, ਜਾਂ ਉਹਨਾਂ ਦਾ ਇੱਕ ਐਕਸਪੀਰੀਅੰਸ ਆ, ਤੇ ਜਾਂ ਸਿਰਫ ਤੇ ਸਿਰਫ ਭਾਜਪਾ ਦਾ ਇਹ ਮੰਤਵ ਆ ਕਿ ਕਿਸੇ ਨਾ ਕਿਸੇ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਖੇਤਰੀ ਪਾਰਟੀ ਆ ਇਸ ਨੂੰ ਖਤਮ ਕੀਤਾ ਜਾਵੇ, ਇਸ ਦੀ ਤਾਕਤ ਨੂੰ ਖਤਮ ਕੀਤਾ ਜਾਵੇ, ਇਹਦੇ ਵਿੱਚ ਉਹ ਲੀਡਰਾਂ ਨੂੰ ਉਭਾਰ ਕੇ ਆਪਣੇ ਨਾਲ ਜੋੜ ਲਿਆ ਜਾਵੇ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਇਹ ਕਿਸੇ ਨਾਲ ਖਤਮ ਕੀਤਾ ਜਾਵੇ। ਇਹ ਵੀ ਇੱਕ ਭਾਜਪਾ ਦੀ ਜਿਹੜੀ ਦੂਰ ਦੀ ਸੋਚ ਜਿਹੜੀ ਆ ਹੋ ਸਕਦੀ ਆ। ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਹੁਣ ਦਸੰਬਰ ਦੇ ਮਹੀਨੇ ਦੇ ਵਿੱਚ ਜੋ ਸੂਤਰ ਦੱਸਦੇ ਨੇ SGPC ਦੀਆਂ ਚੋਣਾਂ ਵੀ ਕਰਵਾਈਆਂ ਜਾ ਸਕਦੀਆਂ, ਤੇ ਦੂਜੇ ਪਾਸੇ ਜਿਹੜੇ ਬਿੱਲ ਅੜੇ ਨੇ ਇਹ ਹੁਣ ਜਿਹੜੇ ਰਾਜਪਾਲ ਸਾਹਿਬ ਨੇ ਗੁਰਬਾਣੀ ਪ੍ਰਸਾਰਣ ਦੇ ਬਿੱਲਾਂ ਨੂੰ ਲੈ ਕੇ ਜਿਹੜੇ ਰੋਕ ਲਾਈ ਆ, ਹੁਣ ਉਹਨਾਂ ਉੱਤੇ ਨਜ਼ਰਾਂ ਟਿੱਕੀਆਂ ਜ਼ਰੂਰ ਨੇ ਕਿ ਰਾਜਪਾਲ ਸਾਹਿਬ ਦਾ ਇਹਦੇ ਸੰਬੰਧੀ ਉੱਪਰਲੇ ਸੰਕੇਤਾਂ ਮਿਲਣ ਤੋਂ ਬਾਅਦ ਕੀ ਰੋਲ ਲੈਂਦਾ। ਜੇ ਤਾਂ ਉਹ ਸਾਈਨ ਕਰ ਦਿੰਦੇ ਆ, ਤਾਂ ਫਿਰ ਸੁਖਵਿੰਦਰ ਜੀ ਇਹੋ ਹੀ ਆ ਕਿ ਭਾਰਤੀ ਜਨਤਾ ਪਾਰਟੀ ਬੜੀ ਸੋਚੀ ਸਮਝੀ ਤਰੀਕੇ ਦੇ ਨਾਲ ਸ਼ਤਰੰਜੀ ਚਾਲਾਂ ਜਿਹੜੀਆਂ ਚੱਲਦੀ ਪਈ ਆ, ਜਿਸ ਦਾ ਸਾਫ਼ ਤੇ ਸਪਸ਼ਟ ਮੁੱਦਾ ਮਨੋਰਥ ਇਹੋ ਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਇੱਕ ਕਿਸਮ ਦੀ ਢਾਲ ਆ ਕੇ ਇਸ ਨੂੰ ਅੰਦਰੂਨੀ ਤੌਰ 'ਤੇ ਕਮਜ਼ੋਰ ਕੀਤਾ ਜਾਵੇ,
ਤਾਂ ਸੁਖਦੇਵ ਸਿੰਘ ਢੀਂਡਸੇ ਵਰਗੇ ਜਾਂ ਉਹਨਾਂ ਦੇ ਹੋਰ ਹਮ ਸ਼ੈਲੀ ਵਿਅਕਤੀਆਂ ਨੂੰ ਆਪਣੇ ਨਾਲ ਜੋੜ ਕੇ 2024 ਦੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਜਾ ਜੀ। ਚਲੋ ਉਧਰ ਐਸਜੀਪੀਸੀ ਦੇ ਗੁਰਬਾਣੀ ਪ੍ਰਸਾਰਣ ਨੂੰ ਜਿਹੜਾ ਉਹ ਲੈ ਕੇ ਜਿਹੜੇ ਪੇਚ ਫਸੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ, ਤਾਂ ਪਹਿਲਾਂ ਸੈਸ਼ਨ ਸੱਦ ਲਿਆ ਗਿਆ। ਸੈਸ਼ਨ ਦੇ ਵਿੱਚ ਗੁਰਦੁਆਰਾ ਸੋਧ ਐਕਟ ਜਿਹੜਾ ਉਹ ਬਿੱਲ ਪਾਸ ਕੀਤੇ ਗਏ, ਉਹ ਗਵਰਨਰ ਸਾਹਿਬ ਨੂੰ ਭੇਜੇ ਗਏ, ਉਹ ਵੀ ਨਹੀਂ ਜਿਹੜੇ ਉਹ ਪਾਸ ਹੋਏ। ਗਵਰਨਰ ਸਾਹਿਬ ਕਹਿੰਦੇ ਤੁਹਾਡਾ ਤਾਂ ਇਹ ਸੈਸ਼ਨ ਹੀ ਜਿਹੜਾ ਉਹ ਗੈਰ ਕਾਨੂੰਨੀ ਸੀਗਾ। ਉੱਧਰ ਐਸਜੀਪੀਸੀ ਨੇ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਆ ਉਹ ਫੇਰ ਇੱਕ ਨਿੱਜੀ ਚੈਨਲ ਨੂੰ ਦੇ ਦਿੱਤਾ, ਨਾਲ ਦੀ ਨਾਲ ਯੂਟਿਊਬ ਤੇ ਵੀ ਕਹਿੰਦੇ ਹੋਊਗਾ। ਹੁਣ ਗੱਲ ਇਹ ਹੈ ਕਿ ਭਗਵੰਤ ਮਾਨ ਦੀ ਮੁੱਕਦੀ ਗੱਲ ਇਹ ਹੈ ਕਿ ਹੁਣ ਸਿੰਘ ਇੱਕ ਇੱਕ ਫਸਦੇ ਨਹੀਂ, ਹੁਣ ਸਿੰਘ ਇਕੱਠੇ ਹੀ ਇੱਕ ਮੁੱਥੇ ਤੇ ਹੀ ਦੋ ਪਾਸੇ ਫਸ ਗਿਆ, ਔਰ ਰਾਜਪਾਲ ਸਾਹਿਬ ਨਾਲ ਵੀ ਫਸ ਗਿਆ ਔਰ ਐਸਜੀਪੀਸੀ ਨਾਲ ਵੀ ਫਸ ਗਿਆ। ਔਰ ਐਸਜੀਪੀਸੀ ਨੇ ਤਾਂ ਆਪਣਾ ਕੰਮ ਨਿਬੇੜਤਾ, ਉਹ ਤਾਂ ਰਾਜਪਾਲ ਸਾਹਿਬ ਕਹਿੰਦੇ ਕਿ ਗੈਰ ਕਾਨੂੰਨੀ ਸੈਸ਼ਨ ਹੈ। ਹੁਣ ਭਗਵੰਤ ਮਾਨ ਸਾਹਿਬ ਨੇ ਕਹਿੰਦੇ ਕਿ ਰਾਜਪਾਲ ਸਾਹਿਬ ਨੂੰ ਕਹਿੰਦਾ ਕਿ ਅਸੀਂ ਵੀ ਕਾਨੂੰਨੀ ਮਾਰਾਂ ਤੋਂ ਰਾਇ ਲਈ ਹੈ, ਕਿਵੇਂ ਦੇਖਦੇ ਆਣਕੀ ਸਾਹਿਬ ਇਹਦੇ ਵਿੱਚ ਹੁਣ ਨਿਕਲੂਗਾ? ਸੁਖਵਿੰਦਰ ਜੀ, ਪਹਿਲੀ ਤਾਂ ਗੱਲ ਇਹ ਕਿ ਭਗਵੰਤ ਮਾਨ ਹੋਣਾ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਅਜਿਹੇ ਜਿਹੜੇ ਇੱਕ ਗੈਰ ਜ਼ਰੂਰੀ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਵਿੱਚ ਉਹ ਜਾਣ ਬੁੱਝ ਕੇ ਉਲ ਜਾਂਦੇ ਨੇ ਜਿਸ ਦਾ ਕੋਈ ਵੀ ਸੰਬੰਧ ਸਰਕਾਰ ਦੇ ਨਾਲ ਨਹੀਂ ਹੁੰਦਾ। ਹੁਣ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਸਿੰਘ ਉਹਨਾਂ ਨੇ ਐਜੀਪੀਸੀ ਨਾਲ ਫਸਾਏ, ਜਿਸ ਤਰੀਕੇ ਨਾਲ ਉਹ ਧਾਮੀ ਸਾਹਿਬ ਦੇ ਖਿਲਾਫ ਰੋਜ਼ ਤੰਜ ਕੱਸਦੇ ਆ, ਮੇਰਾ ਨਹੀਂ ਖਿਆਲ ਕਿ ਕਿਸੇ ਮੁੱਖ ਮੰਤਰੀ ਦਾ ਇਸ ਮੁੱਦੇ ਨੂੰ ਇੰਨੀ ਗੰਭੀਰਤਾ ਨਾਲ ਲੈਣਾ ਕਿ ਹਾਂਜੀ ਗੁਰਬਾਣੀ ਦਾ ਪ੍ਰਸਾਰਣ ਇਹ ਫ੍ਰੀ ਟੂ ਗੇਅਰ ਫ੍ਰੀ ਟੂ ਸਾਰੇ ਤੋਂ ਜਾਣਾ ਚਾਹੀਦਾ। ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਮਸਲਾ, ਉਹ ਜਿਸ ਤਰੀਕੇ ਨਾਲ ਕਰਦੀ ਹੈ ਕਰੀ ਜਾਓ। ਪੰਜਾਬ ਦੇ ਹੋਰ ਬੜੇ ਮੁੱਦੇ ਨੇ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹਨਾਂ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਵਾਅਦੇ ਪੂਰੇ ਕੀਤੇ ਜਾਣ। ਪਰ ਪਤਾ ਨਹੀਂ ਇਹੋ ਜਿਹੜੇ ਗੈਰ ਲੋੜੀਂਦੇ ਮੁੱਦੇ ਨੇ ਉਹਨਾਂ ਨੂੰ ਛੇੜ ਕੇ ਇਸ ਕਿਸਮ ਦੇ ਨਾਲ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਅੰਦਰਲੀ ਈਗੋ ਜਾਂ ਤਾਂ ਉਹਨੂੰ ਸ਼ਾਂਤੀ ਮਿਲਦੀ ਹੈ। ਹੁਣ ਜਿਸ ਤਰੀਕੇ ਨਾਲ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੇ ਵਿਸ਼ੇਸ਼ ਅਜਲਾਸ ਸੱਦਿਆ, ਅਜਲਾਸ ਬਿੱਲ ਪਾਸ ਕੀਤਾ, ਬਿੱਲ ਪਾਸ ਕਰਨ ਤੋਂ ਗੁਰਦੁਆਰਾ ਸਾਹਿਬ ਕੋਲ ਚਲੇ ਗਏ, ਗੁਰਦੁਆਰਾ ਸਾਹਿਬ ਨੂੰ ਲੈ ਕੇ ਰੌਲਾ, ਐਜੀਪੀਸੀ ਨੇ ਵੀ ਅਜਲਾਸ ਸੱਦ ਲਿਆ, ਰੱਦ ਕਰਤਾ, ਬਹੁਤ ਕੁਝ ਇੱਦਾਂ ਦਾ ਹੋਇਆ, ਤਾਂ ਉਹਦੇ ਵਿੱਚੋਂ ਨਿਕਲਿਆ ਤਾਂ ਕੁਝ ਵੀ ਨਹੀਂ। ਜੇਕਰ ਗੁਰਬਾਣੀ ਪਹਿਲਾਂ ਵੀ ਚੱਲਦੀ ਸੀ ਲੋਕਾਂ ਜਿਨ੍ਹਾਂ ਨੇ ਸੁਣਨਾ ਸੁਖਵਿੰਦਰ ਜੀ ਉਹਨਾਂ ਨੇ ਪੀਟੀਸੀ ਚੈਨਲ ਆ ਕੇ ਸੁਣ ਲੈਣਾ, ਜਿਨ੍ਹਾਂ ਨੇ ਨਹੀਂ ਸੁਣਨਾ ਉਹਨਾਂ ਨੇ ਨਹੀਂ ਸੁਣਨੀ। ਹੁਣ ਧੱਕੇ ਨਾਲ ਤੁਸੀਂ ਕਹੋ ਕਿ ਸਾਰੇ ਸੁਣਨ, ਚਲੋ ਠੀਕ ਆ, ਗੁਰਬਾਣੀ ਦਾ ਫ੍ਰੀ ਪ੍ਰਸਾਰਣ ਹੋਣਾ ਚਾਹੀਦਾ ਸਾਰੇ ਲੋਕਾਂ ਤੱਕ, ਗੁਰੂ ਮਹਾਰਾਜ ਦੀ ਬਾਣੀ ਜਿਹੜੀ ਤੁਰਕੀ ਬਾਣੀ ਹੈ ਉਹਨੀ ਸੁਣਨੀ ਚਾਹੀਦੀ ਹੈ। ਪਰ ਇਹ ਲੋਕਾਂ ਨੇ ਵੇਖਣਾ ਕਿ ਕੀ ਲੋਕਾਂ ਨੇ ਕਰਦਾ ਜਾਂ ਕੀ ਨਹੀਂ ਕਰਦਾ। ਪਰ ਇਸ ਮੁੱਦੇ ਨੂੰ ਬਣਾ ਕੇ ਜਿਸ ਤਰੀਕੇ ਨਾਲ ਇਹ ਲੜਾਈ ਲੜੀ ਜਾ ਰਹੀ ਹੈ, ਤੇ ਗੁਰਬਾਣੀ ਫ੍ਰੀ ਪ੍ਰਸਾਰਣ ਦਾ ਮੁੱਦਾ ਘੱਟ ਲੱਗਦਾ, ਤਾਂ ਇੱਕ ਕਿਸਮ ਦਾ ਜਿਹੜੀ ਹੁਣ ਇਸ ਨੂੰ ਸ਼ਕਲ ਦੇ ਦਿੱਤੀ ਗਈ ਆ ਉਹ ਬਾਦਲ ਪਰਿਵਾਰ ਦਾ ਸਿੱਧਾ ਦਾ ਸਿੱਧਾ ਵਿਰੋਧ ਜਿਸ ਤਰੀਕੇ ਨਾਲ ਹੋ ਰਿਹਾ। ਤੇ ਮੇਰਾ ਨਹੀਂ ਖਿਆਲ ਸਰਕਾਰ ਦੀ ਇਸ ਵਿੱਚ ਕੋਈ ਪ੍ਰਾਪਤੀ। ਜੇ ਸਰਕਾਰ ਦੀ ਵਾਕਿਆ ਹੀ ਬਾਦਲ ਪਰਿਵਾਰ ਨੂੰ ਅਸੀਂ ਕਹਿ ਸਕਦੇ ਕਿ ਨਿਸ਼ਾਨੇ ਤੇ ਲੈਣਾ, ਸੁਖਵਿੰਦਰ ਜੀ ਹੋਰ ਬੜੇ ਮੁੱਦੇ ਨੇ ਜਿਸ ਤਰੀਕੇ ਨਾਲ ਉਹਨਾਂ ਦੀਆਂ ਬੱਸਾਂ ਬੰਦ ਕਰਨ ਦੀ ਗੱਲ ਸੀ ਜਾਂ ਉਹਨਾਂ ਦੇ ਹੋਟਲਾਂ ਦੀ ਗੱਲ ਸੀ, ਬਹੁਤ ਕੁਝ ਏਦਾਂ ਦਾ ਹੁੰਦਾ ਰਿਹਾ, ਉਸ ਮੁੱਦੇ ਤੇ ਭਗਵੰਤ ਮਾਨ ਹੋਣਾ ਦਾ ਕਦੇ ਵੀ ਕੋਈ ਬਿਆਨ ਨਹੀਂ ਆਇਆ। ਇੱਕ ਅਜਿਹਾ ਮੁੱਦਾ ਜਿਹੜਾ ਇੱਕ ਧਾਰਮਿਕ ਮੁੱਦਾ ਜਿਹਦੇ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਕਿਸੇ ਵੀ ਸੂਰਤ ਵਿੱਚ ਨਹੀਂ ਹੋਣੀ ਚਾਹੀਦੀ। ਠੀਕ ਆ, ਤੁਸੀਂ ਸਲਾਹ ਦੇ ਦਿਓ, ਅਗਲੇ ਮੰਨਣ ਜਾਂ ਨਾ ਮੰਨਣ ਉਹ ਇੱਕ ਵੱਖਰਾ ਇਸ਼ੂ ਆ, ਪਰ ਇਸ ਮੁੱਦੇ ਨੂੰ ਤੁਸੀਂ ਨੱਕ ਦਾ ਮੁੱਦਾ ਬਣਾ ਲਓ, ਤੇ ਨੱਕ ਦਾ ਮੁੱਦਾ ਬਣਾ ਕੇ ਤੁਸੀਂ ਹੁਣ ਗੁਰਦੁਆਰਾ ਸਾਹਿਬ ਨੂੰ ਵਿੱਚ ਲੈ ਲਿਆ, ਤੇ ਗੁਰਦੁਆਰਾ ਸਾਹਿਬ ਤਾਂ ਅੱਗੇ ਤਿਆਰ ਬਾਰ ਤਿਆਰ ਨਹੀਂ, ਤਾਂ ਸੁਖਵਿੰਦਰ ਜੀ ਇਹਦੇ ਵਿੱਚੋਂ ਸਰਕਾਰ ਜੋ ਕੁਝ ਹੁਣ ਪਿਛਲੇ 15-20 ਦਿਨਾਂ ਤੋਂ ਲੈ ਕੇ ਹੁਣ ਤੱਕ ਹੋਇਆ ਇਹਦੇ ਵਿੱਚ ਸਰਕਾਰ ਦੀ ਪ੍ਰਾਪਤੀ ਤੇ ਕੁਝ ਦੀ ਜੇ ਹੋਈ ਸਰਕਾਰ ਬੈਕਫੁੱਟ ਤੇ ਜ਼ਰੂਰ ਗਈ ਆ। ਬੈਕਫੁੱਟ ਤੇ ਕਿਸ ਤਰ੍ਹਾਂ? ਪਹਿਲਾਂ ਤਾਂ ਅਜਲਾਸ ਸੱਦਿਆ, ਅਜਲਾਸ ਦੇ ਵਿੱਚ ਉਹਨਾਂ ਨੇ ਬਿੱਲ ਪਾਸ ਕੀਤਾ, ਬਿੱਲ ਪਾਸ ਕਰਨ ਗੁਰਦੁਆਰਾ ਸਾਹਿਬ ਨੂੰ ਭੇਜਤਾ, ਅਗਲੇ ਦਿਨ ਐਜੀਪੀਸੀ ਉਸ ਬਿੱਲ ਨੂੰ ਰੱਦ ਕਰ ਦਿੰਦੀ ਹੈ, ਕਹਿੰਦੀ ਜੀ ਨਹੀਂ। ਅੱਛਾ, ਸੈਕਿੰਡ ਦੀ ਗੱਲ, 23 ਤਰੀਕ ਤੋਂ ਜਿਸ ਤਰ੍ਹਾਂ 24 ਤਰੀਕ ਨੂੰ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਹੋਣਾ ਸੀ, ਭਗਵੰਤ ਮਾਨ ਹੁਣੀ ਪੂਰਨ ਤੌਰ ਤੇ ਯਤਨ ਕਰਕੇ ਸਭ ਕੁਝ ਯਤਨ ਕਰ ਲਿਆ, ਭਗਵੰਤ ਮਾਨ ਦੀ ਸਰਕਾਰ ਇਸ ਮੁੱਦੇ ਤੇ ਸਫਲ ਹੀ ਨਹੀਂ ਹੋ ਸਕੀ ਕਿ ਉਹ ਪੀਟੀਸੀ ਕੋਲੋਂ ਉਸ ਦਾ ਪ੍ਰਸਾਰਣ ਜਿਹੜਾ ਉਹ ਦੁਬਾਰਾ ਲੈ ਸਕੇ, ਦੂਜੇ ਪਾਸੇ ਫ੍ਰੀ ਕਰਵਾ ਸਕੇ। ਅਗਲਿਆਂ ਨੇ, ਐਜੀਪੀਸੀ ਵਾਲਿਆਂ ਨੇ ਕਿਸੇ ਤਰੀਕੇ ਨਾਲ, ਚਾਹੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਫਿਰ ਇੱਕ ਵਾਰੀ ਦੱਸ ਦਿੱਤਾ ਕਿ ਸਰਕਾਰ ਦੇ ਹੁਕਮਾਂ ਨੂੰ ਉਹ ਟਿੱਚ ਜਾਂਦੇ ਨੇ, ਉਹ ਸਥਿਤੀ ਸਾਰਿਆਂ ਦੀ ਸਾਹਮਣੇ ਵੀ ਆ ਗਈ। ਸਭ ਕੁਝ ਕੀਤਾ ਵੀ, ਪਰ ਭਗਵੰਤ ਮਾਨ ਦੇ ਇਹਦੇ ਹੱਥ ਕੀ ਆਇਆ? ਸਿਰਫ ਸਵਾਈ ਯੂਟਿਊਬ ਚੈਨਲ ਤੋਂ, ਕਿਉਂਕਿ ਜੇ ਪ੍ਰਸਾਰਣ 24 ਨੂੰ ਫਿਰ ਉਹ ਚੈਨਲ ਤੋਂ ਸ਼ੁਰੂ ਹੁੰਦਾ ਤਾਂ ਸਰਕਾਰ ਤਾਂ ਫਿਰ ਰਹੀ ਕੱਖ ਨਾ, ਸਰਕਾਰ ਦੇ ਫਿਰ ਸਿਰਫ ਬਿਆਨਬਾਜ਼ੀ ਹੀ ਆ ਕਿ ਸਰਕਾਰ ਨੂੰ ਅਜਿਹੀ ਬੇਲੋੜੀ ਬਿਆਨਬਾਜ਼ੀ ਜਾਂ ਅਜਿਹਾ ਯਤਨ ਕਰਨਾ ਹੀ ਨਹੀਂ ਚਾਹੀਦਾ ਜਿਸ ਤਰ੍ਹਾਂ ਉਹ ਬੈਕਫੁੱਟ ਤੇ ਜਾਂਦੀ। ਇਹ ਪਾਸਾ ਇੱਕ ਤਾਂ ਇਹ ਗੱਲ ਹੋ ਗਈ। ਹੁਣ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਓ। ਹੁਣ ਗੁਰਦੁਆਰਾ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਅਜਲਾਸ ਸੱਦਿਆ ਇਹ ਜਿਹੜਾ ਗੈਰ ਕਾਨੂੰਨੀ ਹੈ, ਇਸ ਦੀ ਰਾਏ ਜਿਹੜੀ ਆ ਮੈਂ ਅਟਾਰਨੀ ਜਨਰਲ ਕੋਲ ਲੈਣੀ ਆ। ਤਾਂ ਜੇਕਰ ਅਟਾਰਨੀ ਜਨਰਲ ਇਹ ਕਹਿ ਦਿੰਦੇ ਨੇ ਕਿ ਇਹ ਅਜਲਾਸ ਜਿਹੜਾ ਸੀ ਇਹ ਗੈਰ ਸੰਵਿਧਾਨਕ ਆ, ਨਹੀਂ ਸੱਦਿਆ ਜਾ ਸਕਦਾ, ਤਾਂ ਫਿਰ ਇਸ ਵਿੱਚ ਬਿੱਲ ਪਾਸ ਕੀਤੇ ਗਏ ਬਿੱਲਾਂ ਦੀ ਕੋਈ ਅਹਿਮੀਅਤ ਜਿਹੜੀ ਰਹਿ ਨਹੀਂ ਜਾਂਦੀ। ਦੂਜੇ ਪਾਸੇ ਭਗਵੰਤ ਮਾਨ ਹੁਣੀ
ਅਸੀਂ ਵੀ ਸੰਵਿਧਾਨ ਖਮਾਰਾ ਕੋਲੋਂ ਸੱਦ ਕੇ ਹੀ ਇਹ ਸੈਸ਼ਨ ਬੁਲਾਇਆ ਤੇ ਕਹਿੰਦੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਗਵਰਨਰ ਸਾਹਿਬ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਇੱਕ ਕਿਸਮ ਦਾ ਉਹਨਾਂ ਫਿਰ ਪੰਜ ਕੱਸਿਆ। ਦੂਜੇ ਪਾਸੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਹਵਾਲਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਅਜਿਹੇ ਅਜਲਾਸ ਸੱਦੇ ਜਾਂਦੇ ਰਹੇ ਆ। ਸੁਖਵਿੰਦਰ ਜੀ, ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਰਿਹਾ ਉਹ ਹੁਣ ਬੀਤੇ ਦੀਆਂ ਗੱਲਾਂ ਨੇ। ਜੇ ਤਾਂ ਤੁਹਾਡੇ ਸੰਬੰਧ ਗਵਰਨਰ ਸਾਹਿਬ ਨਾਲ ਬਹੁਤ ਸਖਾਵੇਂ ਹੋਣ ਫਿਰ ਤਾਂ ਸਥਿਤੀਆਂ ਕੁਝ ਹੋਰ ਦੇ, ਤੇ ਜਦੋਂ ਤੁਹਾਡੇ ਸੰਬੰਧ ਤੁਸੀਂ ਹਰ ਗੱਲ ਨੂੰ ਲੈ ਕੇ ਗਵਰਨਰ ਸਾਹਿਬ ਨੂੰ ਘੇਰਨਾ ਤੇ ਗਵਰਨਰ ਸਾਹਿਬ ਨੇ ਵੀ ਪੈਨ ਕੱਢ ਕੇ ਇਹੋ ਹੀ ਵੇਖਣਾ ਹੁੰਦਾ ਕਿ ਸਰਕਾਰ ਵੱਲੋਂ ਕਿਹੜਾ ਬਿੱਲ ਆਉਂਦਾ ਤੇ ਮੈਂ ਇਸ ਨੂੰ ਅੜਚਨ ਚ ਪਾਉਣਾ ਜਾਂ ਇਸ ਵਿੱਚ ਦੇਰੀ ਕਰਨੀ ਆ, ਤਾਂ ਫਿਰ ਤਾਂ ਸੁਖਵਿੰਦਰ ਜੀ ਸਰਕਾਰ ਦਾ ਗਵਰਨਰ ਦੇ ਉੱਤੇ ਤੇ ਗਵਰਨਰ ਦਾ ਸਰਕਾਰ ਉੱਤੇ ਜਿਹੜਾ ਭਰੋਸਾ ਨਹੀਂ ਰਹਿ ਚੁੱਕਾ, ਜਿਹੜਾ ਭਰੋਸਾ ਗਵਾ ਚੁੱਕਾ, ਉਸ ਦਾ ਨੁਕਸਾਨ ਨਾ ਤਾਂ ਆਮ ਆਦਮੀ ਪਾਰਟੀ ਨੂੰ ਹੋਣਾ ਤੇ ਨਾ ਹੀ ਗੁਰਦਰ ਸਾਹਿਬ ਨੂੰ ਹੋਣਾ, ਪਰ ਪੰਜਾਬ ਦੇ ਉਹ ਜ਼ਰੂਰੀ ਮੁੱਦੇ ਜਿਨ੍ਹਾਂ ਦੇ ਸੰਬੰਧਿਤ ਬਿੱਲ ਪਾਸ ਕਰਕੇ ਭੇਜੇ ਜਾਂਦੇ ਆ ਉਹਨਾਂ ਦੇ ਵਿੱਚ ਦੇਰੀ ਜਿਹੜੀ ਆ ਜ਼ਰੂਰ ਹੋਊਗੀ, ਤਾਂ ਉਸਦਾ ਸਿੱਟਾ ਜਾਂ ਉਸਦਾ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਭਰਨਾ ਪਏਗਾ। ਨਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਉਹਦਾ ਫਰਕ ਪੈਣਾ ਤੇ ਨਾ ਹੀ ਗਵਰਨਰ ਸਾਹਿਬ ਨੂੰ ਪੈਣਾ, ਉਸਦਾ ਸਿੱਧਾ ਪ੍ਰਭਾਵ ਉਹਨਾਂ ਸੰਬੰਧਿਤ ਲੋਕਾਂ ਤੇ ਪੈਣਾ ਜਿਨ੍ਹਾਂ ਨਾਲ ਉਹ ਸੰਬੰਧਿਤ ਬਿੱਲ ਜਿਹੜੇ ਪਾਸ ਕਰਨ ਵਾਸਤੇ ਉੱਥੇ ਪਹੁੰਚੇ ਨੇ, ਤੇ ਗਵਰਨਰ ਸਾਹਿਬ ਫਿਰ ਉਹਦੇ ਉੱਤੇ ਆਬਜੈਕਸ਼ਨ ਲਾ ਦਿੰਦੇ ਆ। ਸੋ ਸਰਕਾਰ ਨੂੰ ਚਾਹੀਦਾ ਕਿ ਅਜਿਹੇ ਬੇਲੋੜੇ ਵਿਵਾਦਾਂ ਤੋਂ ਜ਼ਰੂਰ ਗਵਰਨਰ ਨਾਲ ਬਚੇ ਰਹਿਣਾ ਚਾਹੀਦਾ। ਹਾਂ, ਇਹਦੇ ਵਿੱਚ ਸਰਕਾਰ ਦੀ ਜੇਕਰ ਕਿਸੇ ਤਰੀਕੇ ਦੀ ਈਗੋ ਸੈਟਿਸਫਾਈ ਹੁੰਦੀ ਹੈ ਉਹ ਇੱਕ ਵੱਖਰਾ ਮੁੱਦਾ, ਉਹ ਤੁਸੀਂ ਹੋਰ ਤਰੀਕੇ ਨਾਲ ਕਰ ਲਓ, ਪਰ ਜਦੋਂ ਅਜਿਹੇ ਮੁੱਦੇ ਜਿਨ੍ਹਾਂ ਦਾ ਆਮ ਲੋਕਾਂ ਤੇ ਪ੍ਰਭਾਵ ਪਵੇ ਉਹਨਾਂ ਮੁੱਦਿਆਂ ਤੋਂ ਲੈ ਕੇ ਗਵਰਨਰ ਸਾਹਿਬ ਨਾਲ ਬੇਲੋੜਾ ਵਾਦ ਜਿਹੜਾ ਉਹਦੇ ਤੋਂ ਬਚਣਾ ਚਾਹੀਦਾ। ਤੁਹਾਡਾ ਪ੍ਰਸ਼ਨ ਸੀ ਕਿ ਇਹ 'ਚ ਨਿਕਲਿਆ ਕੀ? ਸੁਖਵਿੰਦਰ ਜੀ, ਅਗਰ ਵੇਖਿਆ ਜਾਵੇ ਤਾਂ ਇਹ ਸਭ ਕੁਝ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਸਰਕਾਰ ਨੇ ਤਿਲ ਤੱਕ ਜ਼ੋਰ ਲਾਇਆ ਤੇ ਫਿਰ ਅਖੀਰ ਤੇ ਪ੍ਰਾਪਤੀ ਉਹਨਾਂ ਨੂੰ ਜੀਰੋ ਦੇ ਬਰਾਬਰ ਹੋਈ, ਤਾਂ ਸੁਖਵਿੰਦਰ ਜੀ ਇਹਦੇ ਵਿੱਚ ਸਰਕਾਰ ਦੀ ਸਵਾਏ ਬਦਨਾਮੀ ਤੋਂ ਮੈਨੂੰ ਤਾਂ ਕੁਝ ਨਜ਼ਰ ਨਹੀਂ ਆਉਂਦਾ। ਮਿਲਿਆ ਕੁਝ ਨਹੀਂ ਜੇ, ਸਿਰਫ ਬਦਨਾਮੀ ਜ਼ਰੂਰ ਹੋਈ ਆ। ਸੋ ਅੱਗੇ ਤੋਂ ਭਗਵੰਤ ਮਾਨ ਹੁਣਾਂ ਨੂੰ ਚਾਹੀਦਾ ਕਿ ਅਜਿਹੇ ਮੁੱਦੇ ਤਾਂ ਹੀ ਛੇੜੇ ਜਾਣ ਜੇਕਰ ਉਹਨਾਂ ਦਾ ਕੋਈ ਅੰਤ ਜਾਂ ਉਹਨਾਂ ਦਾ ਸਦੀਵੀ ਹੱਲ ਜੇ ਉਹਨਾਂ ਕੋਲ ਹੈਗਾ, ਤਾਂ ਜੇਕਰ 4 ਕੁ ਦਿਨ ਰੌਲਾ ਰੱਪਾ ਪਾ ਕੇ ਬੈਠ ਜਾਣਾ ਤਾਂ ਫਿਰ ਸੁਖਵਿੰਦਰ ਜੀ ਇਸ ਦੀ ਕੋਈ ਮਹੱਤਤਾ ਜਿਹੜੀ ਆ ਉਹ ਨਹੀਂ ਰਹਿ ਜਾਂਦੀ, ਖਾਸ ਤੌਰ ਤੇ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ SGPC ਨੇ ਟੱਕਰ ਦਿੱਤੀ ਔਰ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤ ਕੇ ਸਭ ਕੁਝ ਉਸੇ ਤਰੀਕੇ ਨਾਲ ਹੀ ਕਰ ਲਿਆ, ਤਾਂ ਸਰਕਾਰ ਫਿਰ ਖਾਲੀ ਦੀ ਖਾਲੀ ਰਹਿ ਗਈ। ਇਹ ਸਰਕਾਰ ਵਾਸਤੇ ਕੋਈ ਚੰਗੇ ਸੰਕੇਤ ਜਿਹੜੇ ਆ ਉਹ ਨਹੀਂ ਆਖੇ ਜਾ ਸਕਦੇ। ਜੀ ਬਿਲਕੁਲ, ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਅਹਿਮ ਖ਼ਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।